ਉਸੇ ਨੂੰ ਅਸੀਂ ਵੋਟ ਪਾਵਾਂਗੇ ਜਿਹੜੀ ਮਰਜ਼ੀ ਪਾਰਟੀ ਤੋਂ ਬੰਦਾ ਹੋਵੇ ਭਾਵੇਂ ਮੌਜੂਦਾ ਸਰਕਾਰ ਦਾ ਹੋਵੇ ਭਾਵੇਂ ਐਂਟੀ ਸਰਕਾਰ ਦਾ ਹੋਵੇ ਕੋਈ ਵੀ ਜਿਹੜਾ ਸਾਡੇ ਵਾਰਡ ਦਾ ਕੰਮ ਕਰੂਗਾ ਅਸੀਂ ਉਹਨੂੰ ਵੋਟਾਂ ਪਾਵਾਂਗੇ ਨਹੀਂ ਤਾਂ ਨੰਗੇ ਪੈਰੀ ਵਜਾਵਾਂਗੇ ਜਿਹੜਾ ਮਰਜ਼ੀ ਆ ਜਾਵੇ ਕਿ ਜਦੋਂ ਅਕਾਲੀ ਦਲ ਸਰਕਾਰ ਬਣੀ ਹੈ ਨਗਰ ਕੌਂਸਲ ਦਾ ਇਲੈਕਸ਼ਨ ਹੋਇਆ ਸਿਰਫ ਇੱਕ ਮਲੋਟ ਦੇ ਵਿੱਚ ਇੱਕ ਟਿਕਟ ਨਿਕਲੀ ਸੀ ਕਾਂਗਰਸ ਪਾਰਟੀ ਦੀ ਉਹ ਵੀ ਵਾਰਡ ਨੰਬਰ 25 ਚੋਂ ਜੇ ਹੁਣ ਮੌਜੂਦਾ ਸਰਕਾਰ ਹੋਣ ਦੇ ਬਾਵਜੂਦ ਵੀ ਇੱਥੇ ਕੰਮ ਨਹੀਂ ਹੋ ਸਕਦਾ ਤਾਂ ਮੈਨੂੰ ਨਹੀਂ ਲੱਗ ਰਿਹਾ ਕਦੇ ਹੋਰ ਸਰਕਾਰ ਦੇ ਵਿੱਚ ਇੱਥੇ ਕੰਮ ਹੋ ਸਕਦਾ ਸਰ ਸਾਡੀ ਕਿ ਕੋਈ ਸੁਣਾਈ ਨਹੀਂ ਐਵੇਂ ਝੂਠ ਸਾਡੇ ਤੋਂ ਭੱਜਦਾ ਨਹੀਂਗਾ ਕਿਸੇ ਦਾ ਕੋਈ ਸੁਣਾਈ ਨਹੀਂ ਨਾ ਕੋਈ ਮਿਊਨਿਸਪੈਲਿਟੀ ਕਮੇਟੀ ਵਾਲੇ ਸੁਣਾਈ ਕਰਦੇ ਆ ਨਾ ਕੋਈ ਸਾਡੇ ਐਮ ਸੀ ਸਾਹਿਬ ਸੁਣਾਈ ਕਰਦੇ ਕੋਈ ਨਗਰ ਕੌਂਸਲ ਦੀ ਹੀ ਜ਼ਿੰਮੇਵਾਰੀ ਹੈ 15 ਦਿਨਾਂ ਬਾਅਦ ਇਹਨੂੰ ਸਫਾਈ ਕਰਨੀ ਚਾਹੀਦੀ ਹੈ ਬਟ ਤੁਸੀਂ ਆਹ ਦੇਖ ਸਕਦੇ ਹੋ ਕਿ ਪਿਛਲੇ 6-6 ਮਹੀਨੇ ਤੋਂ ਇੱਥੇ ਸਫਾਈ ਨਹੀਂ ਹੋਈ ਜਦੋਂ ਅਸੀਂ ਇਹਨਾਂ ਨੂੰ ਜਿਤਾਇਆ ਕੋਈ ਸਰਕਾਰ ਦਾ ਨਹੀਂ ਮਤਲਬ ਸਰਕਾਰ ਕੀ ਕਰ ਰਹੀ ਹੈ ਜੈ ਸਿੰਘ ਪੱਟੀ ਨੇ ਬਹੁਤ ਸਾਨੂੰ ਕਿਹਾ ਆਹੀ ਕਰ ਦਾਂਗੇ ਜੀ ਜੋ ਕਰ ਦਾਂਗੇ ਅੱਜ ਤੱਕ ਨਹੀਂ ਸਾਡੇ ਮੁੱਲੇ ਚਾਹ ਕੇ ਖੜਾ ਇਹ 25 ਸਭ ਕੋਲ ਉਠਾਇਆ ਐਸ ਡੀ ਐਮ ਸਭ ਕੋਲ ਉਠਾਇਆ ਕਿੰਨੀ ਵੇਰੀ ਉਠਾਇਆ ਕਾਫੀ ਉਠਾਇਆ ਕੀ ਨਤੀਜਾ ਨਿਕਲਿਆ ਉਹਦਾ ਨਤੀਜਾ ਜੀ ਨਹੀਂ ਨਿਕਲਿਆ ਨਤੀ ਆਉਣ ਦੋ ਸਮਾਂ ਅਤੇ ਇਹ ਬਣਾਵਾਂਗੇ ਵਿਕਾਸ ਕਰਾਵਾਂਗੇ ਇਹਨਾਂ ਦੀ ਗੁੱਸਾ ਇਹਨਾਂ ਦਾ ਜਾਇਜ਼ ਹੈ ਮੈਂ ਇਹਨਾਂ ਦਾ ਸਿਰ ਮੱਥੇ ਲੈਣਾ ਜਿਹੜਾ ਗੁੱਸਾ ਇਹਨਾਂ ਦਾ ਹੈਗਾ ਮੈਨੂੰ ਕਹਿਣਾ ਇਹਨਾਂ ਨੇ ਵੋਟਾਂ ਮੈਨੂੰ ਪਾਈਆਂ ਸੀ ਇਹ ਹਾਰ ਜਿੱਤ ਦਾ ਨਹੀਂ ਹੈਗਾ ਸਵਾਲ ਵੋਟਾਂ ਦੀ ਕੋਈ ਰਾਜਨੀਤੀ ਨਹੀਂ ਹੈ ਚਲੋ ਮੈਂ ਹਾਰ ਵੀ ਜਾਵਾਂਗੇ ਫਿਰ ਵੀ ਇੰਚਾਰਜ ਮੈਂ ਹੀ ਲੱਗਣਾ ਹੈ ਪੰਜਾਬ ਵਿੱਚ ਨਗਰ ਕੌਂਸਲ ਦੀਆਂ ਚੋਣਾਂ ਦੀ ਤਿਆਰੀ ਕੀਤੀ ਜਾ ਰਹੀ ਹੈ ਅਤੇ ਨਗਰ ਕੌਂਸਲਾਂ ਜਿਹੜੀਆਂ ਹੈਗੀਆਂ ਉਹ ਸ਼ਹਿਰ ਦੀ ਸਾਫ ਸਫਾਈ ਅਤੇ ਪਾਣੀ ਦਾ ਨਿਕਾਸ ਅਤੇ ਹੋਰ ਜਿਹੜੇ ਪ੍ਰਬੰਧ ਨਗਰ ਕੌਂਸਲਾਂ ਦਾ ਕੰਮ ਹੁੰਦਾ ਅਸੀਂ ਖੜ੍ਹੇ ਹਾਂ ਪੰਜਾਬ ਵਿਧਾਨ ਸਭਾ ਦੇ ਡਿਪਟੀ ਸਪੀਕਰ ਅਜੈਬ ਸਿੰਘ ਪੱਟੀ ਦੇ ਹਲਕੇ ਦੇ ਵਿੱਚ ਮਲੋਟ ਸ਼ਹਿਰ ਦੇ ਵਾਰਡ ਨੰਬਰ 25 ਦੇ ਵਿੱਚ ਖੜ੍ਹੇ ਹਾਂ ਜਿੱਥੋਂ ਦੀ ਵੱਡੀ ਸਮੱਸਿਆ ਪਾਣੀ ਦੀ ਨਿਕਾਸੀ ਦਾ ਮੁੱਦਾ ਹੈਗਾ ਅਤੇ ਲੋਕ ਇਹ ਤੋਂ ਬੇਹੱਦ ਦੁਖੀ ਨੇ ਕਿਉਂਕਿ ਪਾਣੀ ਦੀ ਨਿਕਾਸੀ ਦਾ ਕੋਈ ਪੱਕਾ ਪ੍ਰਬੰਧ ਨਹੀਂ ਹੈਗਾ ਜਿਸ ਜ਼ਿਮੀਂਦਾਰ ਨੇ 22,000-25,000 ਨੂੰ ਕਿੱਲੇ ਦੇ ਹਿਸਾਬ ਨਾਲ ਜ਼ਮੀਨ ਠੇਕੇ 'ਤੇ ਲੈ ਕੇ ਆਪਦੀ ਵਾਹੀ ਖੇਤੀ ਕਰਦਾ ਹੈਗਾ ਇਹ ਨਿਕਾਸੀ ਜਿਹੜਾ ਸੀਵਰੇਜ ਦਾ ਪਾਣੀ ਆ ਉਹਦੇ ਖੇਤਾਂ ਨੂੰ ਜਾਂਦਾ ਅਤੇ ਉਹਦਾ ਵੀ ਨੁਕਸਾਨ ਹੁੰਦਾ ਅਤੇ ਲੋਕ ਵੀ ਖੱਜਲ ਹੁੰਦੇ ਆ ਤੁਹਾਨੂੰ ਅਸੀਂ ਤਸਵੀਰਾਂ ਦਿਖਾਵਾਂਗੇ ਇਸ ਵਾਰਡ ਦੀਆਂ 25 ਨੰਬਰ ਵਾਰਡ ਹੈ ਜਿਹੜਾ ਕਾਂਗਰਸ ਦਾ ਜਿਹੜਾ ਇੱਥੋਂ ਕੌਂਸਲਰ ਹੈਗਾ ਉਹਦਾ ਵਾਰਡ ਹੈਗਾ ਪਰ ਸਰਕਾਰ ਵੀ ਕਾਂਗਰਸ ਦੀ ਆ ਪੰਜਾਬ ਦੇ ਵਿੱਚ ਤੁਸੀਂ ਤਸਵੀਰਾਂ ਤੁਹਾਨੂੰ ਅਸੀਂ ਦਿਖਾਵਾਂਗੇ ਕਿਸ ਤਰ੍ਹਾਂ ਦਾ ਹਾਲ ਹੈ ਲੋਕਾਂ ਨੂੰ ਕਿਸ ਤਰ੍ਹਾਂ ਦੀਆਂ ਪਰੇਸ਼ਾਨੀਆਂ ਦਾ ਸਾਹਮਣਾ ਕਰਨਾ ਪੈਂਦਾ ਹੈਗਾ ਸਾਡੇ ਨਾਲ ਉਸ ਮੁਹੱਲੇ ਦੇ ਲੋਕ ਨੇ ਇਸ ਵਾਰਡ 25 ਨੰਬਰ ਦੇ ਲੋਕ ਨੇ ਜਿਹੜੇ ਆਪਦੀਆਂ ਸਮੱਸਿਆ ਨੂੰ ਦੱਸਣਗੇ ਹਾਂਜੀ ਬਾਈ ਜੀ ਕੀ ਨਾਂ ਤੁਹਾਡਾ ਅਮਨਦੀਪ ਜੀ ਹਾਂਜੀ ਮੇਰਾ ਨਾਮ ਅਮਨਦੀਪ ਸਿੰਘ ਹੈ ਜੀ ਅਮਨਦੀਪ ਸਿੰਘ ਐਡਵੋਕੇਟ ਜੀ ਸਰ ਤੁਹਾਡੇ ਸਾਹਮਣੇ ਜੀ ਬਹੁਤ ਪਰੇਸ਼ਾਨ ਆ ਜੀ ਸਾਰਾ ਮੁਹੱਲਾ ਪਰੇਸ਼ਾਨ ਆ ਜੀ ਮੇਨ ਗਲੀ ਹੈ ਸਰ ਨਾ ਇੱਕ ਪ੍ਰਸ਼ਾਸਨ ਧਿਆਨ ਕਰ ਰਿਹਾ ਈ ਓ ਸਾਹਿਬ ਨੂੰ ਕਿਹਾ ਉਹ ਨਹੀਂ ਧਿਆਨ ਕਰ ਰਹੇ ਅਤੇ ਇੱਥੋਂ ਜਿਹੜੇ ਸੁਪਰਵਾਈਜ਼ਰ ਹੈ ਸਰਬਜੀਤ ਸਿੰਘ ਜਦੋਂ ਵੀ ਉਹਨਾਂ ਨੂੰ ਫੋਨ ਲਾਈਦਾ ਸਰ ਹਮੇਸ਼ਾ ਲਾਰੇ ਲੱਪੇ ਲਾਉਂਦੇ ਆ ਜੀ ਅਤੇ ਕੋਈ ਵੀ ਧਿਆਨ ਨਹੀਂ ਹੈਗਾ ਸੀਵਰੇਜ ਦੀ ਪਰੇਸ਼ਾਨੀ ਆ ਜੀ ਅਤੇ ਪੀਣ ਵਾਲੇ ਪਾਣੀ ਦੀ ਬਹੁਤ ਪਰੇਸ਼ਾਨੀ ਹੈ ਸਾਨੂੰ ਇੱਥੇ ਸਰ ਅਤੇ ਨਾ ਹੀ ਇੱਥੇ ਕੋਈ ਪ੍ਰੋਪਰ ਕੋਈ ਸਫਾਈ ਹੁੰਦੀ ਕਿਸੇ ਗਲੀ 'ਚ ਕੀ ਮੰਗ ਕਰਦੇ ਹੋ ਤੁਸੀਂ ਮੰਗ ਇਹੀ ਹੈ ਵੀ ਸਾਨੂੰ ਵੀ ਆਪਦਾ ਜਿਹੜਾ ਸਾਫ਼ ਗਲੀ ਚਾਹੀਦੀ ਹੈ ਜੀ ਸਾਫ਼ ਸਾਡੀਆਂ ਗਲੀਆਂ ਨਾਲੀਆਂ ਜਿਹੜੀਆਂ ਸਾਫ਼ ਰਹਿਣ ਅਤੇ ਸਾਫ਼ ਪਾਣੀ ਦੀ ਮੰਗ ਕਰਦੇ ਹਾਂ ਜੀ ਸਰ ਅਤੇ ਬਾਕੀ ਜੋ ਸਮੇਂ ਸਿਰ ਸਫਾਈ ਹੁੰਦੀ ਰਹੇ ਇਹੀ ਸਾਡੀ ਮੰਗ ਹੈ ਜੀ ਮੁਹੱਲੇ ਵਾਸੀਆਂ ਦੀਆਂ ਅਤੇ ਪ੍ਰਸ਼ਾਸਨ ਨੂੰ ਵੀ ਅਸੀਂ ਬਹੁਤ ਵਾਰ ਲਿਖਤੀ ਰੂਪ ਵਿੱਚ ਕਹਿ ਰਹੇ ਅਤੇ ਬਾਕੀ ਸਾਡੇ ਮੁਹੱਲੇ ਦੇ ਕੋਈ ਨਾ ਕੋਈ ਹਰ ਰੋਜ਼ ਜਿਹੜੇ ਆ ਕਮੇਟੀ ਦਫ਼ਤਰ ਜਾ ਕੇ ਸ਼ਿਕਾਇਤ ਲਿਖਾ ਕੇ ਆਉਂਦੇ ਪਰ ਉਸਦਾ ਕੋਈ ਅਸਰ ਨਹੀਂ ਹੁੰਦਾ ਕੋਈ ਸਾਡੇ ਸਰ ਸੁਣਵਾਈ ਨਹੀਂ ਹੁੰਦੀ ਜੀ ਸਾਨੂੰ ਡੇਲੀ ਰੂਟੀਨ ਦੇ ਵਿੱਚ ਇਹ ਮੁਸ਼ਕਲਾਂ ਸਾਹਮਣਾ ਕਰਨਾ ਪੈ ਰਿਹਾ ਜੀ ਕਿੰਨੇ ਦੇਰ ਤੋਂ ਇਹ ਸਮੱਸਿਆ ਹੈਗੀ ਹੈ ਤੁਹਾਡੀ ਇਹ ਤਾਂ ਸਰ ਕਮ ਸੇ ਕਮ ਸਾਲ 2 ਸਾਲ ਤੋਂ ਜੀ ਸਾਨੂੰ ਇਸ ਚੀਜ਼ ਦਾ ਸਾਹਮਣਾ ਕਰਨਾ ਪੈ ਰਿਹਾ ਜੀ ਦੋ ਤਿੰਨ ਸਾਲਾਂ ਦੀ ਸਮੱਸਿਆ ਜ਼ਿਆਦਾ ਸਾਨੂੰ ਜੀ ਤੁਸੀਂ ਦੇਖ ਸਕਦੇ ਹੋ ਤਸਵੀਰਾਂ ਦੇ ਵਿੱਚ ਕਿਸ ਤਰ੍ਹਾਂ ਜਿਹੜੇ ਨਿਕਾਸੀ ਨਾਲੇ ਆ ਓਵਰਫਲੋ ਹੋਏ ਪਏ ਆ ਹਾਲਾਂਕਿ ਅੱਜ ਜਾਂ ਭਲਕ ਕੋਈ ਬਾਰਿਸ਼ ਨਹੀਂ ਹੋਈ ਜਦੋਂ ਬਾਰਿਸ਼ ਆਉਂਦੀ ਹੈ ਤਾਂ ਇੱਥੇ ਹਾਲਤ ਜਿਹੜੀ ਹੈ ਵੱਧ ਤੋਂ ਬਦਤਰ ਹੋ ਜਾਂਦੀ ਹੈ ਇੱਥੇ ਸਕੂਲ ਦੇ ਵਿਦਿਆਰਥੀ ਵੀ ਖੜ੍ਹੇ ਆ ਛੋਟੇ ਛੋਟੇ ਬੱਚੇ ਨੇ ਕਿਸੇ ਵੇਲੇ ਵੀ ਕੋਈ ਹਾਦਸਾ ਵਾਪਰ ਸਕਦਾ ਤੁਸੀਂ ਦੇਖ ਸਕਦੇ ਹੋ ਉਹ ਬੱਚਾ ਇੱਕ ਸ਼ੌਪ ਤੋਂ ਕੋਈ ਆਪਦੀ ਚੀਜ਼ ਲੈ ਕੇ ਆ ਰਿਹਾ ਕਿਸ ਤਰ੍ਹਾਂ ਉਹ ਪਾਣੀ ਦੇ ਵਿੱਚ ਖੜ੍ਹਾ ਇਹੀ ਜਿਹੜਾ ਹਾਲ ਹੈ ਸਕੂਲ ਜਾਣ ਲਈ ਬੱਚਿਆਂ ਨੂੰ ਉੱਥੋਂ ਲੰਘਣਾ ਪੈਂਦਾ ਹੈਗਾ ਸਾਡੇ ਨਾਲ ਹੋਰ ਵੀ ਲੋਕ ਨੇ ਜਿਹੜੇ ਇਸ ਵਾਰਡ ਦੇ ਨੇ ਜਿਨ੍ਹਾਂ ਦੀ ਇਹ ਮੰਗ ਹੈਗੀ ਹੈ ਵੀ ਪਾਣੀ ਦੀ ਨਿਕਾਸੀ ਹੈ ਜਿਹੜੀ ਉਹ ਹੋਣੀ ਚਾਹੀਦੀ ਹੈ ਤੁਸੀਂ ਤਸਵੀਰਾਂ ਦੇ ਵਿੱਚ ਦੇਖ ਸਕਦੇ ਹੋ ਕਿਸ ਤਰ੍ਹਾਂ ਜਿਹੜਾ ਨਾਲਾ ਓਵਰਫਲੋ ਹੋ ਕੇ ਇਹ ਕਿਸੇ ਖੇਤ ਨੂੰ ਜਾ ਰਿਹਾ ਅਸੀਂ ਉਹ ਕਿਸਾਨ ਨਾਲ ਵੀ ਗੱਲ ਕਰਾਵਾਂਗੇ ਜਿਸ ਨੇ ਜ਼ਮੀਨ ਜਿਹੜੀ ਆ ਉਹ ਠੇਕੇ 'ਤੇ ਲਈ ਆ ਪਰ ਪਾਣੀ ਦੀ ਨਿਕਾਸੀ ਜਿਹੜੀ ਆ ਉਹਦਾ ਪ੍ਰੋਪਰ ਪ੍ਰਬੰਧ ਨਾ ਹੋਣ ਕਰਕੇ ਉਹਦੇ ਖੇਤ ਨੂੰ ਇਹ ਪਾਣੀ ਜਾਂਦਾ ਅਤੇ ਉਹਦਾ ਜਿਹੜਾ ਨੁਕਸਾਨ ਹੁੰਦਾ
ਸਾਡੇ ਨਾਲ ਹਾਂਜੀ ਬਾਈ ਜੀ, ਕੀ ਨਾਮ ਤੁਹਾਡਾ? ਮੇਰਾ ਨਾਮ ਵੇ ਕੁਮਾਰ ਹੈ ਜੀ। ਕੀ ਕੰਮ ਕਰਦੇ ਹੋ? ਖੇਤੀ ਦਾ ਕੰਮ ਕਰਦਾ ਜੀ। ਕੀ ਸਮੱਸਿਆ ਹੈਗੀ ਸ਼ਹਿਰ ਦੀ? ਸਮੱਸਿਆ ਜੀ, ਇੱਥੇ ਪਾਣੀ ਦੀ ਬਹੁਤ ਨਿਕਾਸੀ ਦੀ ਦਿੱਕਤ ਹੈ ਜੀ, ਪਾਣੀ ਇੱਥੇ ਭਰ ਜਾਂਦਾ ਹੈ ਜੀ। ਅਤੇ ਬਾਕੀ ਜਿਹੜਾ ਹੈਗਾ ਇੱਥੇ ਟੂਟੀ ਆਉਂਦੀ ਹੈ, ਉਦੋਂ ਸੀਵਰ ਦਾ ਪਾਣੀ ਰਲ ਕੇ ਆਉਂਦਾ ਜੀ। ਅੱਛਾ, ਮਿਕਸ ਹੋ ਗਿਆ? ਮਿਕਸ ਆਉਂਦਾ, ਅਸੀਂ ਪਾਣੀ ਪੀਣ ਯੋਗ ਨਹੀਂ, ਆਰੋ ਦਾ ਪਾਣੀ ਲੈ ਕੇ ਇੱਥੋਂ ਪੀਂਦੇ ਹਾਂ ਜੀ। ਠੀਕ ਹੈ ਹਾਂਜੀ, ਨਾ ਨਹਾਉਣ ਦੇ ਕੰਮ ਦਾ ਜੀ। ਠੀਕ ਹੈ। ਇਹ ਤੁਹਾਨੂੰ ਤੁਸੀਂ ਜਿਹੜੀ ਇਹ ਸਮੱਸਿਆ ਨੂੰ ਤੁਸੀਂ ਕਿਸੇ ਕੋਲ ਉਠਾਇਆ ਹੈਗਾ? ਤੁਹਾਡੇ ਐਮ ਸੀ ਜਿਹੜਾ, ਕੌਣ ਐਮ ਸੀ ਤੁਹਾਡਾ ਇੱਥੇ? ਐਮ ਸੀ ਸ਼ਰਮਾ ਹੈ ਜੀ ਇੱਥੇ ਜੀ, ਅਤੇ ਉਹਨੂੰ ਵੀ ਆਖ ਚੁੱਕਿਆ ਕਈ ਵਾਰੀ, ਕਮੇਟੀ ਕਰ ਵੀ ਕਿਹਾ ਜੀ, ਕੋਈ ਹੱਲ ਨਹੀਂ ਹੋਇਆ? ਕੋਈ ਹੱਲ ਨਹੀਂ ਹੋਇਆ ਜੀ। ਹਾਂਜੀ, ਕੀ ਨਾਮ ਤੁਹਾਡਾ ਜੀ? ਮੇਰਾ ਨਾਮ ਸੁਮਨ ਸ਼ਰਮਾ ਜੀ। ਕੀ ਸਮੱਸਿਆ ਹੈਗੀ? ਅਸੀਂ ਦੇਖ ਰਹੇ ਹੈਗੇ ਹਾਂ ਤੁਹਾਡੇ ਜਿਹੜਾ ਵਾਰਡ ਦੇ ਵਿੱਚ ਪਾਣੀ ਦੀ ਜਿਹੜੀ ਸਮੱਸਿਆ ਹੈਗੀ ਹੈ, ਕਹਿੰਦੇ ਹੁੰਦੇ ਆ ਵੀ ਇੱਕ ਮਾਈਨਰ ਹੀ ਚੱਲ ਰਿਹਾ ਹੈਗਾ, ਇੱਕ ਤਾਂ ਹੁੰਦੀ ਹੈ ਨਾਲੀ ਹੁੰਦੀ ਹੈ, ਇੱਕ ਵੱਡੇ ਨਾਲੇ ਚੱਲ ਰਿਹਾ। ਫਿਰ ਵੀ ਖਾਲਾ ਹੈ ਜੀ, ਸਰਕਾਰੀ ਖਾਲਾ ਸੀਗਾ ਅਤੇ ਇਸ ਖਾਲੇ ਨੇ ਤਾਂ ਸਾਨੂੰ ਬੜਾ ਪਰੇਸ਼ਾਨ ਕਰ ਰੱਖਿਆ। ਗਰੀਬ ਬਸਤੀ ਹੈਗੀ ਹੈ ਜੀ ਸਾਰਿਆਂ ਦੇ, ਆ ਤੁਸੀਂ ਵੇਖੀ ਜਾਂਦੇ ਹੋ ਨੀਆਂ, ਸਾਰੇ ਮਕਾਨਾਂ ਦੀਆਂ ਕਿਵੇਂ ਗਲੀਆਂ ਪਈਆਂ, ਅਤੇ ਇਹਦੇ ਕਰਕੇ ਆ 4 ਫੁੱਟ ਨੀਵਾਂ ਹੈ ਜੀ। ਜਨਾਬ, ਸਾਡੇ ਕੋਈ ਬੱਚੇ ਰਿਸ਼ਤੇਦਾਰ ਕੋਈ ਬੱਚੇ ਨਾਲ ਲੈ ਕੇ ਆ ਜਾਂਦੇ, ਅਸੀਂ ਉਹਨਾਂ ਦੀ ਰਾਖੀ ਕਰਦੇ ਰਹਿ ਜਾਂਦੇ ਹਾਂ ਵੀ 4 ਫੁੱਟ ਦੇ ਵਿੱਚ ਜੇ ਬੱਚਾ ਡਿੱਗ ਪੈਂਦਾ ਹੈਗਾ ਤਾਂ ਉਹਨੂੰ ਕੱਢਣਾ ਵੀ ਕਿੱਡਾ ਮੁਸ਼ਕਿਲ ਹੈਗਾ। ਠੀਕ ਹੈ। ਅਤੇ ਬਾਕੀ ਰਹਿ ਗਿਆ ਕਿ ਆ ਸਾਰਾ ਕਿਸੇ ਵੀ ਪਾਸੇ ਪਾਣੀ ਦਾ ਨਿਕਾਸ ਹੈ ਨੀਗਾ, ਪਾਣੀ ਦੇ ਨਿਕਾਸ ਕਰਕੇ ਸਾਡੀਆਂ ਗਲੀਆਂ ਨਾਲੀਆਂ ਸੜਕਾਂ ਸਾਰੀਆਂ ਭਰੀਆਂ ਪਈਆਂ ਨੇ। ਬੱਚੇ ਸਕੂਲ ਵੀ ਜਾਂਦੇ ਹੈਗੇ ਹੈ, ਹਰੇਕ ਤਰ੍ਹਾਂ ਦੇ ਵੱਡੇ ਬਜ਼ੁਰਗ ਹੈ, ਇੱਕ ਇਹ ਅਵਾਰਾ ਪਸ਼ੂਆਂ ਦਾ, ਇਹਨਾਂ ਕਰਕੇ ਵੀ ਰਾਤ ਬਿਰਾਤੇ ਅਸੀਂ ਨਾ ਬੱਚਿਆਂ ਨੂੰ ਘਰੋਂ ਕੱਢ ਸਕਦੇ ਨਾ ਅਸੀਂ ਆਪ ਨਿਕਲ ਸਕਦੇ, ਕਿ ਉੱਧਰੋਂ ਆ ਗਾਰਾ ਹੁੰਦਾ, ਉੱਧਰੋਂ ਇਹ ਪਸ਼ੂਆਂ ਦਾ ਕੰਮ ਹੁੰਦਾ ਹੈਗਾ। ਜੇ ਇਹ ਜਿਹਦੇ ਵਿੱਚ ਕਿਸੇ ਵੱਡੇ ਬਜ਼ੁਰਗ ਨੂੰ ਕਿਸੇ ਨੂੰ ਕੋਈ ਮਾਰ ਕੇ ਸੁੱਟ ਦੇਵੇ ਕਿੱਥੇ, ਉਹਦਾ ਜ਼ਿੰਮੇਵਾਰ ਕੌਣ ਹੈ? ਬਿਲਕੁਲ, ਕਾਫੀ ਵੱਡੀ ਸਮੱਸਿਆ ਜਿਹੜੀ ਹੈ ਦੱਸੀ ਹੈਗੀ ਹੈ ਲੋਕਾਂ ਨੇ। ਸਹੀ, ਪੱਖੇ ਚਲਾਉਣੇ ਪੈਂਦੇ ਸਾਨੂੰ ਸਿਆਲ ਦੇ, ਇੰਨਾ ਮੱਛਰ ਹੈ ਪੱਖੇ ਚਲਾਉਣੇ ਪੈਂਦੇ, ਪੱਖੇ ਤੋਂ ਬਿਨਾਂ ਨੀਂਦ ਨਹੀਂ ਆਉਂਦੀ। ਹਾਂ, ਮੱਛਰ ਵੱਡ ਵੱਡ ਕੇ ਖਾਂਦਾ ਇੱਥੇ ਮੱਛਰ। ਅੱਛਾ, ਇਹਨਾਂ ਦੇ ਆ ਤੁਸੀਂ ਖਾਲੇ ਦੇ ਸਰਵੇ ਕਰੋ ਸਾਰਾ ਖਾਲਾ, ਇਹ 10 ਫੁੱਟ ਚੌੜਾ ਹੋਇਆ ਪਿਆ, ਅੱਗੇ ਇਹਨਾਂ ਦੇ ਬੂਹੇ ਅੱਗੇ ਆ ਕੇ ਦੇਖੋ ਤੁਸੀਂ। ਮਹਿੰਦਰ ਗੁਜ਼ਾਰਾ ਜੀ। ਕੀ ਕੰਮ ਕਰਦੇ ਹੋ? ਮੇਰਾ ਲੱਕੜ ਦਾ ਕੰਮ ਹੈ ਜੀ। ਅੱਛਾ, ਤੁਹਾਡੀ ਰੈਸ਼ ਵੀ ਇੱਥੇ ਹੈ? ਹਾਂ, ਮੇਰੀ ਰੈਸ਼ ਆ ਨੁਕਰ ਵਾਲੀ ਹੈ ਜੀ। ਅਤੇ ਅਗਾਂਹ ਜਾ ਕੇ ਤੁਸੀਂ ਦੇਖੋ, ਜਦੋਂ ਕੱਲ੍ਹ ਪਰਸੋਂ ਸਰਵਿਸ ਆਇਆ, ਕਹਿੰਦੇ ਜੀ ਅਸੀਂ ਤਾਂ ਸਾਡੇ ਲਕੀਰ 'ਚ ਨਹੀਂ ਆਉਂਦਾ, ਅਸੀਂ ਤਾਂ ਕਹਿੰਦਾ ਜੀ ਬਾਹਰ ਹੀ ਪਾਣੀ ਨਹੀਂ, ਦੋ ਨੰਬਰ ਝਟ ਪਾਈ ਜਾਂਦੇ, ਕਹਿੰਦਾ ਕਮੇਟੀ ਨੂੰ ਕਹਿੰਦੇ। ਅਤੇ ਇੱਥੇ ਆ ਕੇ ਦੇਖ ਕੇ ਗਿਆ ਸਾਰਾ ਹਾਲ, ਕਹਿੰਦਾ ਜੀ ਇੱਥੇ ਪਾਣੀ ਪੂਣੀ ਕੁਛ ਵੀ ਨਹੀਂ ਗਾ, ਕਹਿੰਦਾ ਅਸੀਂ ਕਮੇਟੀ 'ਚ 10-15 ਦਿਨਾਂ ਬਾਅਦ ਸਾਨੂੰ ਗੇੜਾ ਮਾਰਨਾ ਹੀ ਪੈਂਦਾ, ਫਿਰ ਜਾ ਕੇ ਕਿਤੇ ਆਉਂਦੇ ਆ, ਆਉਂਦੇ ਫਾਰਮੈਲਿਟੀ ਕਰਕੇ ਬਹੁਤ ਹੀ ਚਲੀ ਜਾਂਦੀ ਹੈ। ਕਾਫੀ ਵੱਡੀ ਸਮੱਸਿਆ ਤੁਸੀਂ ਦੇਖ ਸਕਦੇ ਹੋ। ਸਾਡੇ ਨਾਲ ਇੱਥੋਂ ਦੇ ਜਿਹੜੇ ਐਮ ਸੀ ਨੇ ਮੌਕੇ ਦੇ, ਕੌਂਸਲਰ ਨੇ, ਉਹ ਵੀ ਇੱਥੇ ਨੇ। ਤੁਹਾਡੇ ਮੈਸੇਜ ਨਾ, ਇਹਨਾਂ ਦੇ ਮੈਸੇਜ ਜਿਹੜੇ ਹੈਗੇ ਆ ਉਹ ਕੌਂਸਲਰ ਨੇ, ਪਰ ਜ਼ਿਆਦਾ ਜਿਹੜਾ ਕੰਮਕਾਰ ਜਿਹੜਾ ਇਹ ਸ਼ਾਸਤਰੀ ਜੀ ਖੁਦ ਦੇਖਦੇ ਨੇ, ਸ਼ਰਮਾ ਜੀ, ਜਤਿੰਦਰ ਸ਼ਾਸਤਰੀ ਸ਼ਰਮਾ ਜੀ ਇਹਨਾਂ ਨੂੰ ਦੇ ਨਾਂ ਨਾਲ ਜਾਣਿਆ ਜਾਂਦਾ, ਕਾਫੀ ਐਕਟਿਵ ਨੇ। ਪਰ ਇਹਨਾਂ ਦੇ ਵਾਰਡ ਦੇ ਵਿੱਚ ਸਮੱਸਿਆ ਉਹਨਾਂ ਨਾਲ ਗੱਲ ਕਰਦੇ ਹਾਂ। ਹਾਂਜੀ ਸ਼ਾਸਤਰੀ ਜੀ, ਇਹ ਤੁਸੀਂ, ਤੁਹਾਨੂੰ ਨਜ਼ਰ ਆ ਹੀ ਰਿਹਾ ਜੀ, ਕਾਫੀ ਨਜ਼ਰ ਆ ਰਿਹਾ ਜੀ। ਮੈਂ ਕਾਫੀ ਚਿਰ ਈ ਓ ਸਾਹਿਬ ਨਾਲ ਵੀ ਗੱਲ ਕੀਤੀ ਸੀ ਉਸ ਦਿਨ, ਪਰਸੋਂ ਮੇਰੇ ਇਸ ਵਿਸ਼ੇ 'ਚ, ਉਹ ਕਹਿੰਦੇ ਕਰਾ ਦਿੰਦੇ ਮਸਲਾ ਹੱਲ, ਅਤੇ 2-4 ਦਿਨਾਂ 'ਚ ਆਪਾਂ ਤੁਹਾਨੂੰ ਆਸ਼ਵਾਸਨ ਦੇ ਰਹੇ ਹਾਂ ਇਹ ਹੋ ਜਾਊਗਾ। ਵੈਸੇ ਨਹੀਂ, ਸਰਕਾਰ ਬਣੀ ਨੂੰ ਤਾਂ 3 ਸਾਲ ਹੋ ਗਏ ਜੀ, ਅਤੇ ਇੰਨਾ ਲੰਮਾ ਕੰਮ ਕਿਉਂ ਗਿਆ? ਕਾਫੀ ਖਿਚਾਓ ਹੋ ਗਿਆ ਸਰਕਾਰ ਦਾ, ਕਾਫੀ ਚਿਰ ਗੱਲ ਕਰਦੇ ਮੱਠੀ ਸਾਹਿਬ ਨਾਲ ਵੀ ਕਰਦੇ ਗੱਲ, ਅਤੇ ਹੁਣ ਹੋ ਰਹੀ ਹੈ ਪੜਤਾਲ, ਕੋਈ ਗੱਲ ਹੀ ਨਹੀਂ, ਕਰਾ ਦਿੰਦੇ। ਤੁਹਾਡਾ ਇਰਾਦਾ ਨਹੀਂ ਗਾ ਇਲੈਕਸ਼ਨ ਲੜਨ ਦਾ ਕਿ ਕੀ ਹੈ ਜੀ? ਕਿਉਂਕਿ ਇਲੈਕਸ਼ਨ ਆ ਰਿਹਾ ਨਗਰ ਕੌਂਸਲਾਂ ਦੇ, ਤੁਸੀਂ ਦੁਬਾਰਾ ਲੋਕਾਂ ਕੋਲ ਵੋਟਾਂ ਮੰਗਣ ਆਉਣਾ ਹੈਗਾ? ਇਲੈਕਸ਼ਨ ਦੀ ਗੱਲ ਤੁਹਾਡੇ ਰਹਿ ਗਈ ਨਾ, ਇਹ ਤਾਂ ਚੁਣਤਕਾਰ ਸੇਵਾ ਹੈਗੀ ਹੈ, ਇਹਦੇ ਨਾਲ ਇਲੈਕਸ਼ਨ ਨਾਲ ਕੋਈ ਚੱਕਰ ਨਹੀਂ ਇਹਦੇ। ਨਹੀਂ, ਫਿਰ ਵੀ ਹੁੰਦਾ ਜੇ ਕੋਈ ਕੌਂਸਲਰ ਚੰਗਾ ਕੰਮ ਕਰੂਗਾ ਤਾਂ ਲੋਕ ਉਹਨੂੰ ਆਪਣੇ ਆਪ ਕਹਿਣਗੇ ਵੀ ਸਾਡਾ ਕੌਂਸਲਰ ਇਹ ਹੋਣਾ ਚਾਹੀਦਾ। ਪੰਜਾਬ ਵਿੱਚ ਆਉਣ ਵਾਲੇ ਦਿਨਾਂ ਦੇ ਵਿੱਚ ਕੌਂਸਲਰ ਦੀਆਂ ਚੋਣਾਂ ਨੇ, ਪਰ ਜੇ ਤੁਹਾਡੀ ਕਾਰਜਕਾਰੀ ਚੰਗੀ ਹੋਊਗੀ ਤਾਂ ਲੋਕ ਤੁਹਾਨੂੰ ਦੁਬਾਰਾ ਚੁਣਨਗੇ, ਜਾਂ ਤੁਸੀਂ ਵੀ ਆ ਕੇ ਖੜ੍ਹੇ ਹੋਵੋਗੇ। ਅੱਜ 3 ਸਾਲ ਦਾ ਸਮਾਂ ਹੋ ਗਿਆ ਸਰਕਾਰ ਬਣੀ ਨੂੰ, ਉਦੋਂ ਚਲੋ ਪਿਛਲੀ ਸਰਕਾਰ ਨੇ ਨਹੀਂ ਕੀਤਾ ਜਾਂ ਕੀਤਾ ਨਹੀਂ ਕੀਤਾ, ਉਹਨਾਂ ਦੀ ਕਾਰਜਕਾਰੀ ਉਹਨਾਂ ਨਾਲ ਰਹਿ ਗਈ, ਲੋਕਾਂ ਨੇ ਉਹਨਾਂ ਨੂੰ ਨਕਾਰਤਾ। ਪਰ ਤੁਹਾਡੀ ਜਿਹੜੀ 3 ਸਾਲ ਦੀ ਕਾਰਜਕਾਰੀ ਕੀ ਹੈ? ਅੱਜ ਤੁਸੀਂ ਖਾਲੇ ਦੇਖ ਸਕਦੇ ਹੋ, ਪ੍ਰੋਪਰ ਕੋਈ ਪ੍ਰਬੰਧ ਹੈ ਨਹੀਂ ਗਾ? ਵੇਖ ਰਹੇ ਜੀ, ਭਰੇ ਪੜੇ ਹੈ, ਕੋਈ ਸ਼ੱਕ ਨਹੀਂ ਹੈ, ਪਬਲਿਕ ਸਹੀ ਆਪਦੀ ਥਾਂ 'ਤੇ, ਪਬਲਿਕ ਤਾਂ ਬੋਲੇਗੀ ਜੀ ਇਹਨਾਂ ਦੇ ਘਰੇ ਪਾਣੀ ਵੜੇਗਾ, ਲੇਕਿਨ ਆਪਾਂ ਵੀ ਚਲੋ ਇਹਨਾਂ ਨੂੰ ਆਸ਼ਵਾਸਨ ਦੇ ਰਹੇ ਹਾਂ, 2-4 ਦਿਨਾਂ 'ਚ ਇਹਨੂੰ ਕਰਵਾ ਦਿੰਦੇ। ਇਹ ਕਹਿੰਦੇ ਕਾਫੀ ਆਸ਼ਵਾਸਨ ਦਿੱਤੇ ਹੈਗੇ ਆ, ਪਹਿਲਾਂ ਲਗਭਗ 25-30 ਵਾਰੀ ਆਸ਼ਵਾਸਨ ਹੀ ਮਿਲੇ ਹੈਗੇ ਆ, ਇਹ ਆਸ਼ਵਾਸਨ ਐਂਡ ਹੈ ਜਾਂ ਇਹ 31ਵਾਂ ਆਸ਼ਵਾਸਨ ਹੈ ਤੁਹਾਡਾ? ਨਹੀਂ, ਪੱਕਾ, ਪੱਕੇ ਤੌਰ 'ਤੇ ਕਰਾਵਾਂਗੇ, ਫਾਈਨਲ ਹੈ ਜੀ? ਫਾਈਨਲ ਹੈ, ਬਿਲਕੁਲ। ਚਲੋ, ਆਪਣੇ ਸ਼ਾਸਤਰੀ ਜੀ ਨੇ ਇੱਕ ਵਾਅਦਾ ਕੀਤਾ ਹੈਗਾ ਵੀ ਇਹ ਇਹਨਾਂ ਨੂੰ ਆਸ਼ਵਾਸਨ ਦਿੱਤਾ ਹੈਗਾ, ਭਰੋਸਾ ਦਿੱਤਾ ਹੈਗਾ ਵੀ ਇਹ ਸਮੱਸਿਆ ਦਾ ਜਿਹੜਾ ਹੱਲ ਬੜੀ ਜਲਦੀ ਕੀਤਾ ਜਾਊਗਾ, 1 ਹਫ਼ਤੇ ਦਾ ਉਹਨਾਂ ਨੇ ਸਮਾਂ ਮੰਗਿਆ, ਹੋਣਾ ਵੀ ਚਾਹੀਦਾ ਕਿਉਂਕਿ ਚੋਣਾਂ
ਇਹਨਾਂ ਲੋਕਾਂ ਨੇ ਦੁਬਾਰਾ ਫਿਰ ਲੋਕਾਂ ਦੇ ਬੂਹੇ 'ਤੇ ਆ ਕੇ ਵੋਟਾਂ ਦੀ ਮੰਗ ਕਰਨੀ ਹੈਗੀ ਆ, ਇਹਨਾਂ ਦੀ ਕਾਰਜਗਾਰੀ 'ਤੇ ਨਿਰਭਰ ਕਰਦਾ ਹੈਗਾ। ਲੋਕ ਜਿਹੜੇ ਕਾਫੀ ਦੁਖੀ ਨੇ ਇੱਥੇ ਹੁੰਦੇ ਜਿਹੜੇ ਆ, ਕਿਉਂਕਿ ਤਸਵੀਰਾਂ ਤੁਸੀਂ ਦੇਖ ਸਕਦੇ ਹੋ ਕਿਸ ਤਰ੍ਹਾਂ ਦਾ ਹਾਲ ਹੈਗਾ। ਇਹ ਇਸ ਖਾਲੇ ਦੇ ਵਿੱਚ ਜੇ ਕੋਈ ਬੱਚਾ ਜਾਂ ਬਜ਼ੁਰਗ ਡਿੱਗ ਪੈਂਦਾ ਤਾਂ ਇੱਕ ਨਹਿਰ ਦੇ ਵਿੱਚ ਡਿੱਗ ਕੇ ਮਰਨ ਵਾਲੀ ਗੱਲ ਹੋ ਸਕਦੀ ਹੈਗੀ ਆ। ਪਰਮਾਤਮਾ ਇਹੋ ਜਿਹੀ ਸਥਿਤੀ ਪੈਦਾ ਨਾ ਕਰੇ, ਪਰ ਜੋ ਹਾਲਾਤ ਬਣੇ ਹੋਏ ਨੇ ਉਸ ਤੋਂ ਇਹ ਲੱਗਦਾ ਵੀ ਕਿਸੇ ਵੇਲੇ ਵੀ ਕੋਈ ਹਾਦਸਾ ਵਾਪਰ ਸਕਦਾ, ਕਿਉਂਕਿ ਸਰਦੀ ਦਾ ਟਾਈਮ ਹੈ। ਹਰੇਕ ਬੰਦਾ ਜਿਹੜਾ ਉਹ ਜੋ ਔਰਤਾਂ ਨੇ ਉਹ ਘਰ ਬੈਠੀਆਂ ਹੁੰਦੀਆਂ ਕਿਉਂਕਿ ਠੰਡ ਦਾ ਮੌਸਮ ਕਰਕੇ, ਪਰ ਜਿਹੜੇ ਬੱਚੇ ਤੁਸੀਂ ਆ ਦੇਖ ਸਕਦੇ ਹੋ ਸਾਡੇ ਕੋਲ ਬੱਚੇ ਖੜ੍ਹੇ ਨੇ, ਛੋਟੇ ਛੋਟੇ ਖੜ੍ਹੇ ਨੇ ਬੱਚੇ, ਇਹ ਜਾਂ ਕਿਸੇ ਦੁਕਾਨ 'ਤੇ ਜਾਂਦੇ ਨੇ ਜਾਂ ਸਕੂਲ ਜਾਂਦੇ ਨੇ, ਇਹਨਾਂ ਨਾਲ ਹਾਦਸਾ ਵਾਪਰ ਸਕਦਾ ਹੈਗਾ। ਤਾਂ ਮੌਕੇ 'ਤੇ ਇਹਨਾਂ ਬੱਚਿਆਂ ਦੀ ਜਿਹੜੀ ਹੈ ਰਖਵਾਲੀ ਜਾਂ ਬਜ਼ੁਰਗ ਨੂੰ ਕੌਣ ਬਚਾਊਗਾ, ਤੁਸੀਂ ਦੇਖ ਸਕਦੇ ਹੋ ਇੱਕ ਨਹਿਰ ਦਾ ਰੂਪ ਧਾਰਨ ਕਰ ਚੁੱਕੇ ਨੇ ਇਹ ਜਿਹੜੇ ਖਾਲੇ ਨੇ, ਜਿਹੜੇ ਨਿਕਾਸੀ ਨਾਲੇ ਨੇ ਸ਼ਹਿਰ ਦੇ। 25 ਨੰਬਰ ਵਾਰਡ ਦੀ ਇਹ ਤਸਵੀਰ ਹੈ ਜਿਹੜੀ ਹੈ ਤੁਹਾਡੇ ਸਾਹਮਣੇ ਨਜ਼ਰ ਆ ਰਹੀ ਹੈ। ਲੋਕ ਆਪਣੇ ਸੋਰਸ ਦੇ ਨਾਲ ਹੀ ਇਹਦੀ ਸਾਫ਼ ਸਫਾਈ ਦਾ ਪ੍ਰਬੰਧ ਕਰਦੇ ਹੈਗੇ ਆ, ਕਿਉਂਕਿ ਨਗਰ ਕੌਂਸਲ ਨੇ ਜਾਣੀ ਕਿ ਇਹਨੂੰ ਧਿਆਨ ਛੱਡਿਆ ਹੋਇਆ ਹੈਗਾ। ਨਗਰ ਕੌਂਸਲ ਦਾ ਇੱਥੇ ਕੋਈ ਧਿਆਨ ਨਹੀਂ। ਅੱਜ ਨਗਰ ਕੌਂਸਲ ਵੱਲੋਂ ਸਫਾਈ ਮਜ਼ਦੂਰ ਭੇਜੇ ਗਏ ਆ ਜੋ ਕਿ ਬਾਂਸ ਦੇ ਨਾਲ ਇਹ ਨਾਲਿਆਂ ਨੂੰ ਖੋਲ੍ਹਣ ਦੀ ਕੋਸ਼ਿਸ਼ ਕਰ ਰਹੇ ਆ, ਪਰ ਸਭ ਤੋਂ ਵੱਡੀ ਜਿਹੜੀ ਸਮੱਸਿਆ ਹੈਗੀ ਆ ਉਹ ਇਹ ਹੈ ਵੀ ਇਹਦੀ ਪ੍ਰੋਪਰ ਨਿਕਾਸੀ ਦਾ ਪ੍ਰਬੰਧ ਨਹੀਂ ਹੈਗਾ ਵੀ ਕਿੱਥੇ ਪਾਣੀ ਜਾਂਦਾ। ਉਹ ਸਾਡੇ ਨਾਲ ਇੱਕ ਕਿਸਾਨ ਵੀ ਖੜ੍ਹੇ ਨੇ ਜਿਨ੍ਹਾਂ ਦੀ ਜ਼ਮੀਨ ਦੇ ਵਿੱਚ ਪੈਲੀ ਦੇ ਵਿੱਚ ਇਹ ਜਿਹੜਾ ਪਾਣੀ ਹੈ ਇਸ ਇਲਾਕੇ ਦਾ ਉਹ ਜਾਂਦਾ ਹੈਗਾ, ਅਤੇ ਅਸੀਂ ਉਹਨਾਂ ਨਾਲ ਗੱਲ ਕਰਦੇ ਹਾਂ। ਬਾਈ ਜੀ ਕੀ ਨਾਮ ਤੁਹਾਡਾ? ਪ੍ਰਸਾਦ ਸਿੰਘ ਜੀ, ਪਿੰਡ ਕਿੰਗਰਾ। ਤੁਸੀਂ ਇੱਥੇ ਜ਼ਮੀਨ ਤੁਹਾਡੀ ਜੇ ਪਾਣੀ ਜਾਂਦਾ? ਹਾਂਜੀ ਬਿਲਕੁਲ ਜਾਂਦਾ ਜੀ। ਕਿੰਨੀ ਜ਼ਮੀਨ ਲਈ ਹੈ? ਇਹ 17 ਏਕੜ ਲਈ ਹੈ ਜੀ। ਇਹ ਕਿੰਨਾ ਠੇਕਾ ਭਰਦੇ ਹੋ? ਇਹ 22,000 ਰੁਪਇਆ ਜੀ ਇੱਕ ਕਿੱਲੇ ਦਾ। ਹਾਂਜੀ ਬਿਲਕੁਲ। ਅਤੇ ਇਹ ਪਾਣੀ ਜਿਹੜਾ ਤੁਹਾਡੇ ਖੇਤ 'ਚ ਜਾਂਦਾ? ਹਾਂਜੀ ਆਪਣੇ ਖੇਤ ਜਾਂਦਾ ਹੈਗਾ, ਅਵਕਾਸ਼ ਹੀ ਨਹੀਂ ਜੀ ਛੱਪੜ ਜਾ। ਠੀਕ ਹੈ। ਜੋ ਕੋਈ ਮਤਲਬ ਇੱਟਾਂ ਉੱਟਾਂ ਆ ਜਾਂਦੀਆਂ, ਕੋਈ ਗੰਦ ਪਹਿਲਾਂ ਆ ਜਾਂਦਾ, ਬੰਦ ਹੋ ਜਾਂਦਾ ਪਾ ਪੈਣਾ। ਠੀਕ ਹੈ, ਅਵਕਾਸ਼ ਹੀ ਨਹੀਂ ਜੀ। ਠੀਕ ਹੈ। ਨਹੀਂ ਤੁਸੀਂ ਕੋਈ ਗੱਲ ਕੀਤੀ ਕਿਸੇ ਨਾਲ ਵੀ ਜਿਹੜਾ ਪਾਣੀ ਸਾਡੇ? ਇਸ ਤਰ੍ਹਾਂ ਜੀ ਮੈਂ ਆਪਦੇ ਬੰਦੇ ਲਾ ਕੇ ਖਾਲ ਕਢਵਾਇਆ ਪਹਿਲਾਂ ਜੀ, ਫਿਰ ਉਸ ਤਰ੍ਹਾਂ ਭਰ ਜਾਂਦਾ ਜੀ, ਕਿਸੇ ਨਾਲ ਕੋਈ ਮੈਂ ਗੱਲ ਨਹੀਂ ਕੀਤੀ। ਤੁਹਾਡਾ ਹੁਣ ਨੁਕਸਾਨ ਹੁੰਦਾ? ਹਾਂ ਬਿਲਕੁਲ ਹੁੰਦਾ ਜੀ, ਆਪਣੀ ਸੋਹਣੀ ਫਸਲ ਬਿਲਕੁਲ ਹੀ ਨਹੀਂ ਹੋਈ, ਸਾਰਾ ਵਾਹਣ ਭਰ ਜਾਂਦਾ ਸੀਗਾ, ਠੇਕਾ ਭਰੀ ਬੈਠੇ ਜੀ। ਠੀਕ ਹੈ। ਹੁਣ ਵੀ ਨੁਕਸਾਨ ਆ, ਹਜੇ ਦੇਖ ਸਕਦੇ ਜੀ ਮੌਕੇ 'ਤੇ। ਇਹ ਜਿਹੜੇ ਪ੍ਰਬੰਧ ਕਰਨੇ ਹੁੰਦੇ ਆ ਇਹ ਲੋਕਲ ਗੌਰਮੈਂਟ ਨੇ ਕਰਨੇ ਹੁੰਦੇ ਆ, ਨਗਰ ਕੌਂਸਲ ਦਾ ਇਹ ਜ਼ਿੰਮੇਵਾਰੀ ਬਣਦੀ ਹੈਗੀ ਆ ਵੀ ਲੋਕਾਂ ਦੀ ਜਿਹੜੀ ਪਾਣੀ ਦੀ ਗੰਦੇ ਦੀ ਨਿਕਾਸੀ ਹੈ, ਕਿਉਂਕਿ ਸੀਵਰੇਜ 'ਤੇ ਪਾਣੀ ਦੇ ਬਿੱਲ ਵਸੂਲ ਕੀਤੇ ਜਾਂਦੇ। ਇੱਕ ਬਹੁਤ ਵੱਡਾ ਮੁੱਦਾ ਇਸੇ ਨਿਕਾਸੀ ਕਾਰਨ ਹੀ ਹੈਗਾ ਕਿ ਸੀਵਰੇਜ ਦਾ ਜਿਹੜਾ ਪੀਣ ਵਾਲਾ ਪਾਣੀ ਹੈਗਾ ਲੋਕਾਂ ਨੂੰ ਜਿਹੜਾ ਪਾਣੀ ਮੁਹੱਈਆ ਕੀਤਾ ਜਾਂਦਾ ਹੈ। ਸਰਕਾਰ ਦਾਵਾ ਕਰਦੀ ਹੈ ਵੀ ਕਰੋੜਾਂ ਰੁਪਇਆ ਅਸੀਂ ਖਰਚ ਕੀਤਾ ਲੋਕਾਂ ਨੂੰ ਸਾਫ਼ ਸੁਥਰਾ ਸ਼ੁੱਧ ਪਾਣੀ ਮੁਹੱਈਆ ਅਸੀਂ ਕਰਵਾਉਂਦੇ ਹਾਂ, ਪਰ ਇਸ ਮਹੱਲੇ ਦੇ ਵਿੱਚ ਪਾਣੀ ਮੁੱਲ ਖਰੀਦਦੇ ਨੇ ਲੋਕ। ਸਾਡੇ ਨਾਲ ਖੜ੍ਹੇ ਨੇ ਬਾਈ ਜੀ, ਤੁਸੀਂ ਇੱਥੋਂ ਇੱਥੇ ਰਹਿਣ ਵਾਲੇ ਹੋ ਤੁਸੀਂ? ਅੱਛਾ, ਪਾਣੀ ਦਾ ਇੱਕ ਮੁੱਦਾ ਹੈਗਾ ਵੀ ਪੀਣ ਵਾਲਾ ਪਾਣੀ ਸਾਫ਼ ਕਹਿੰਦੇ ਨਹੀਂ ਆਉਂਦਾ, ਸੀਵਰੇਜ ਦਾ ਮਿਕਸ ਹੋ ਕੇ ਆਉਂਦਾ। ਇਹ ਹਕੀਕਤ ਹੈ ਜੀ। ਮੇਰਾ ਨਾਮ ਗੁਲਾਮ ਰਸੂਲ ਹੈ, ਮੈਂ ਬੰਦੇ ਮਾਤਰਮ ਸਮਾਜ ਸੇਵੀ ਸੰਸਥਾ ਦਾ ਚੇਅਰਮੈਨ ਹਾਂ ਜੀ। ਅਤੇ ਜਿਹੜਾ ਪਾਣੀ ਦੀ ਨਿਕਾਸੀ ਆ, ਪਾਣੀ ਪੀਣ ਦੀ ਖਾਸ ਕਰਕੇ ਪ੍ਰੋਬਲਮ ਹੈ ਸਾਰੇ, ਮੰਨ ਲਓ ਕਿ ਇਸ ਮੱਲਾ ਨਿਵਾਸੀਆਂ ਨੂੰ ਬੜੀ ਪ੍ਰੋਬਲਮ ਆਉਂਦੀ, ਕਿਉਂਕਿ 5 ਰੁਪਏ ਦੀ ਕੈਨੀ ਲੈ ਕੇ ਆ, ਗਰੀਬ ਬੰਦਾ ਪੀ ਨਹੀਂ ਰੋਜ਼ ਦੀ ਸਕਦਾ, ਕਿਉਂਕਿ 150 ਰੁਪਇਆ ਮਹੀਨਾ ਬਣਦਾ ਜੀ। ਅਤੇ ਅਗਰ ਉਹ ਸੀਵਰੇਜ ਦਾ ਵੀ ਬਿੱਲ ਭਰੂਗਾ, ਬਿਜਲੀ ਦਾ ਬਿੱਲ ਵੀ ਭਰੂਗਾ, ਅਤੇ ਵਾਟਰ ਬਕਸ ਦੇ ਪਾਣੀ ਦਾ ਵੀ ਬਿੱਲ ਭਰੂਗਾ, ਤਾਂ ਫਿਰ ਵੀ ਅਗਰ ਉਹਨੂੰ ਪਾਣੀ ਪੀਣ ਵਾਲਾ ਸ਼ੁੱਧ ਨਾ ਮਿਲਿਆ ਤਾਂ ਫਿਰ ਕਿਸ ਕੰਮ ਦਾ ਸਾਡਾ ਬਿੱਲ ਭਰਿਆ ਜੀ? ਤੁਸੀਂ ਇੱਥੋਂ ਦੇ ਜਿਹੜੇ ਕੌਂਸਲਰ ਨੇ ਉਹਦੀ ਕਾਰਜਕਾਰੀ ਨੂੰ ਕਿਸ ਸਹੀ ਮੰਨਦੇ ਹੋ? ਠੀਕ ਆ ਉਹਦੀ ਕਾਰਜਕਾਰੀ ਜਾਂ ਉਹ ਤੁਹਾਡੀ ਅਣਦੇਖੀ ਕਰਦਾ ਹੈ? ਸਾਡੀ ਕਿ ਕੋਈ ਸੁਣਾਈ ਨਹੀਂ ਹੈ, ਮੈਂ ਝੂਠ ਸਾਡੇ ਤੋਂ ਭੱਜਦਾ ਨਹੀਂਗਾ ਜੀ, ਕਿਸੇ ਨਾ ਕੋਈ ਸੁਣਾਈ ਨਹੀਂ, ਨਾ ਕੋਈ ਮਿਊਂਸਪੈਲਿਟੀ ਕਮੇਟੀ ਵਾਲੇ ਸੁਣਾਈ ਕਰਦੇ, ਨਾ ਕੋਈ ਸਾਡੇ MC ਸਾਹਿਬ ਸੁਣਾਈ ਕਰਦੇ, ਕੋਈ ਨਹੀਂ ਸੁਣਾਈ ਕਰਦਾ ਜੀ। ਤੁਸੀਂ ਮਿਲੇ ਹੋ, ਕਿੰਨੀ ਵਾਰ ਸ਼ਿਕਾਇਤ ਕੀਤੀ ਹੈ ਕੌਂਸਲਰ ਕੋਲ? ਅਸੀਂ ਲਿਖਤ ਰੂਪ 'ਚ ਕਾਫੀ ਵਾਰ ਦੇ ਚੁੱਕੇ ਹਾਂ ਜੀ। ਠੀਕ ਹੈ, ਕਿਸੇ ਨੇ ਕੋਈ ਸੁਣਾਈ ਨਹੀਂ ਕੀਤੀ ਸਾਡੀ। ਠੀਕ ਹੈ, ਚਲੋ ਇਹ ਕਾਫੀ ਜਿਹੜੀ ਕਾਰਜਕਾਰੀ ਹੈ, ਭਾਵਾਂਗੇ ਸਾਡੇ ਕੋਲ ਖੜ੍ਹੇ ਨੇ ਜਿਹੜੇ ਆਗੂ ਨੇ, ਲੋਕਾਂ 'ਚ ਨਿਰਾਸ਼ਾ ਹੈਗੀ ਹੈ ਵੀ ਲੋਕਾਂ ਨੇ ਜਿਹੜਾ ਨਾ ਸਾਡਾ ਕੋਈ ਸਾਡੀ ਗੱਲਬਾਤ ਨਹੀਂ ਸੁਣੀ, ਕਿਉਂਕਿ ਪੀਣ ਵਾਲਾ ਪਾਣੀ ਅਸੀਂ ਮੁੱਲ ਖਰੀਦਦੇ ਹਾਂ, ਨਿਕਾਸੀ ਦਾ ਪ੍ਰਬੰਧ ਇੱਥੇ ਹੈ ਨਹੀਂ ਗਾ, ਗਲੀਆਂ ਦੀ ਹਾਲਾਤ ਜਿਹੜੀ ਹੈ ਤੁਸੀਂ ਦੇਖ ਚੁੱਕੇ ਹੋ, ਕੁਝ ਗਲੀਆਂ ਇੰਟਰਲੋਕ ਟਾਈਲਾਂ ਨਾਲ ਬਣਾਈਆਂ ਗਈਆਂ, ਪਰ ਕੁਝ ਹਿੱਸਾ ਜਿਹੜਾ ਕਾਫੀ ਜਿਹੜਾ ਉਹ ਕੱਚਾ ਹੈਗਾ, ਜਿਹਦੇ ਕਰਕੇ
ਪਾਣੀ ਜਿਹੜਾ ਉਹ ਭਰ ਜਾਂਦਾ ਹੈ। ਸਾਡੇ ਨਾਲ ਸਮਾਜ ਸੇਵੀ ਨੇ ਮੋਹਿਤ ਸੋਨੀ ਜੀ, ਜਿਹੜੇ ਸਮਾਜ ਸੇਵੀ ਕੰਮਾਂ ਦੇ ਵਿੱਚ ਮੋਹਰੀ ਨੇ, ਨੌਜਵਾਨ ਨੇ, ਉਹਨਾਂ ਨਾਲ ਗੱਲ ਕਰਦੇ ਹਾਂ। ਹਾਂਜੀ, ਤੁਹਾਡੀ ਰਹਿਸ਼ ਵੀ ਇਸੇ? ਹਾਂਜੀ 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 ਸਰ, ਮੇਰੀ ਰਹਿਸ਼ ਵੀ ਇੱਧਰ ਹੈ। ਇਸ ਮਸਲੇ ਦੇ ਬਾਰੇ ਅਸੀਂ ਕਾਫੀ ਵਾਰੀ EO ਸਾਹਿਬ ਨੂੰ ਵੀ, ਉੱਚ ਅਧਿਕਾਰੀਆਂ ਨੂੰ ਵੀ ਮੰਗ ਪੱਤਰ ਦੇ ਚੁੱਕੇ ਹਾਂ, ਕੋਈ ਇਹਦੀ ਸੁਣਵਾਈ ਨਹੀਂ। ਈਵਨ ਕਿ ਨਗਰ ਕੌਂਸਲ ਆ ਕਹਿੰਦੀ ਹੈ ਕਿ ਆਹ ਸਾਡੇ ਅੰਡਰ ਖਾਲਾ ਹੀ ਨਹੀਂ ਆਉਂਦਾਗਾ, ਜਦਕਿ ਤੁਹਾਨੂੰ ਪਤਾ ਇੱਕ ਵਾਰਡ ਹੈ, ਇੱਕ ਸ਼ਹਿਰੀ ਪ੍ਰੋਪਰਟੀ ਹੈ। ਲੋਕ ਇੱਥੇ ਹਾਊਸ ਟੈਕਸ, ਮੈਂ ਖੁਦ ਇੱਕ ਹਾਊਸ ਟੈਕਸ ਪੇਈ ਹਾਂ, ਮੈਂ ਖੁਦ ਕਮੇਟੀ ਨੂੰ ਪੇ ਕਰਦਾ, ਠੀਕ ਹੈ। ਬਟ ਉਹ ਕਹਿੰਦੇ ਆ ਕਿ ਆਹ ਖਾਲਾ ਸਾਡੇ ਅੰਡਰ ਹੀ ਨਹੀਂ ਆਉਂਦਾ, ਜਦਕਿ ਮੇਰੇ ਕੋਲ ਇੱਕ, ਮੈਂ RTI ਐਕਟੀਵਿਸਟ ਹੀ ਹਾਂ, ਜਿਹਦੇ ਵਿੱਚ ਮੈਂ RTI ਦੇ ਵਿੱਚ ਪਤਾ ਕਰਵਾਇਆ ਕਿ ਆਹ ਨਗਰ ਕੌਂਸਲ ਦੀ ਹੀ ਜ਼ਿੰਮੇਵਾਰੀ ਹੈ, 15 ਦਿਨਾਂ ਬਾਅਦ ਇਹਨੂੰ ਸਫਾਈ ਕਰਨੀ ਚਾਹੀਦੀ ਹੈ। ਬਟ ਤੁਸੀਂ ਆਹ ਦੇਖ ਸਕਦੇ ਹੋ ਕਿ ਪਿਛਲੇ 6-6 ਮਹੀਨੇ ਤੋਂ ਇੱਥੇ ਸਫਾਈ ਨਹੀਂ ਹੋਈ। ਇੱਕ ਪਾਸੇ ਜਿੱਥੇ ਸਰਕਾਰ ਆਪਣੇ ਡੇਂਗੂ ਅਤੇ ਮਲੇਰੀਆ ਦੇ ਖਿਲਾਫ ਅਭਿਆਨ ਚਲਾ ਰਹੀ ਹੈ, ਅਤੇ ਦੂਜੇ ਪਾਸੇ ਤੁਸੀਂ ਦੇਖੋ ਇੱਥੇ ਆਮ ਛੋਟੇ ਛੋਟੇ ਬੱਚੇ ਹੈ। ਕਈ ਵਾਰੀ ਆਹ ਜਿਹੜਾ ਰਸਤਾ ਹੈਗਾ 4 ਸਕੂਲਾਂ ਨੂੰ ਲੱਗਦਾ ਜੀ, ਇੱਥੋਂ ਛੋਟੇ ਛੋਟੇ ਜਵਾਕ, ਜਦੋਂ ਤੁਸੀਂ ਦੇਖੋ ਬਹੁਤ ਵਾਰੀ ਸੀ ਜਵਾਕ ਮੈਂ ਇੱਥੋਂ ਚੱਕੇ ਆ, ਜਵਾਕ ਡਿੱਗੇ ਆਉਂਦੇ ਆ, ਕੋਈ ਵਰਦੀ ਖਰਾਬ ਹੋ ਗਈ। ਇੱਕ ਪਾਸੇ ਆਪਾਂ ਸਿੱਖਿਆ ਅਭਿਆਨ ਚਲਾ ਰਹੀ ਹੈ ਸਰਕਾਰ ਕਿ ਬੱਚੀ ਪੜ੍ਹਾਓ, ਬੇਟੀ ਪੜ੍ਹਾਓ, ਬੇਟੀ ਬਚਾਓ, ਲੇਕਿਨ ਬੇਟੀਆਂ ਨੂੰ ਜੇ ਇਸੇ ਖਾਲਿਆਂ 'ਚੋਂ ਜਾਣਗੇ ਤਾਂ ਕੋਈ ਵੀ ਬੱਚਾ, ਸਿਆਣਾ ਬੰਦਾ ਕੋਈ ਆਪਦੇ ਜਵਾਕਾਂ ਨੂੰ ਸਕੂਲ ਨਹੀਂ ਭੇਜੂਗਾ, ਕਿਉਂਕਿ ਇੰਨਾ ਅਨਸੇਫ ਹੈਗਾ। ਜੇ ਇੱਕ ਵੀ ਛੋਟੀ ਜਿਹੀ ਗਲਤੀ ਨਾਲ ਉਹ ਬੱਚੇ ਦਾ ਸਾਰਾ ਭਵਿੱਖ ਖਰਾਬ ਹੋ ਸਕਦਾ, ਉਹਦੀ ਜਾਨ ਵੀ ਜਾ ਸਕਦੀ ਹੈ। ਦੇਖੋ ਕਿਸ ਤਰ੍ਹਾਂ ਦੇ ਹਾਲਾਤ ਨੇ ਇੱਥੋਂ ਦੇ ਲੋਕਾਂ ਦੇ, ਪੂਰੇ ਜੇ ਆਪਾਂ ਸ਼ਹਿਰ ਦੀ ਗੱਲ ਕਰੀਏ ਤਾਂ ਕਾਫੀ ਸਮੱਸਿਆਵਾਂ ਵੱਖ ਵੱਖ ਵਾਰਡਾਂ ਦੇ ਵਿੱਚ ਇਸ ਤਰ੍ਹਾਂ ਦੀਆਂ ਨਜ਼ਰ ਆਉਣਗੀਆਂ। ਸ਼ਹਿਰ ਦੇ ਵਿੱਚ ਸਾਫ਼ ਸਫਾਈ ਦਾ ਬੇਹੱਦ ਬੁਰਾ ਹਾਲ ਹੈਗਾ, ਅਤੇ ਅਵਾਰਾ ਪਸ਼ੂਆਂ ਦੀ ਭਰਮਾਰ ਕਾਰਨ ਕਈ ਹਾਦਸੇ ਹੀ ਵਾਪਰ ਚੁੱਕੇ ਹੈ, ਅਤੇ ਤੁਹਾਨੂੰ ਇਹੀ ਦਿਖਾਉਣੇ ਤਸਵੀਰਾਂ ਇੱਕ। ਹਾਂਜੀ ਮਾਤਾ ਜੀ, ਕੀ ਨਾਂ ਤੁਹਾਡਾ? ਆਸ਼ਾ ਰਾਣੀ। ਕੀ ਸਮੱਸਿਆ ਤੁਹਾਡੇ ਵਾਰਡ ਦੀ? ਸਾਡੇ ਵਾਰਡ ਦੀ, ਅਸੀਂ ਜਾਂਦਾ ਵਿਆਹ ਸਾਹਿਬ ਡੇਰੇ, ਸਾਡੀ ਗੱਡੀ ਨਹੀਂ ਆਉਂਦੀ ਇੱਥੋਂ, ਅਤੇ ਸੱਥ ਉੱਤੇ ਚੜ੍ਹਿਆ ਨਹੀਂ ਜਾਂਦਾ, ਠੀਕ ਹੈ, ਅਤੇ ਗੰਦ ਵੱਜੇ ਪੈਣੇ, ਠੀਕ ਹੈ, ਫਿਰ ਅਸੀਂ ਔਖੇ ਹੁੰਦੇ ਹਾਂ ਬੁੱਢੇ ਠੇਰੇ। ਤੁਸੀਂ ਕਿਹਾ ਆਪਦੇ ਕੌਂਸਲਰ ਜਿਹੜਾ ਤੁਹਾਡਾ MC ਆ ਨੂੰ ਕਿਹਾ ਕਦੇ ਤੁਸੀਂ? ਚੱਕਰ ਲਾਇਆ ਕਦੇ ਕਿਸੇ ਦਾ ਦੁੱਖ ਸੁੱਖ ਪੁੱਛਿਆ, ਜਾਂ ਕਿਸੇ ਕਦੇ ਮੇਰੇ ਬਾਰ ਚ ਚੱਲ ਕੇ ਵੇਖੋ ਕਿੱਡੀ ਨਹਿਰ ਬਣੀ ਪਈ ਹੈ। ਮੇਰੇ ਆਪਦੇ ਬੇਟੀ ਦੇ ਬੱਚੇ ਆਉਂਦੇ, ਅਸੀਂ ਬੇਟੀ ਦੀ ਆਏ ਦੀ ਮਹਿਮਾਨੀ ਘੱਟ ਕਰਦੇ ਹਾਂ, ਬੱਚਿਆਂ ਦੇ ਮਗਰ ਮਗਰ ਫਿਰਦੇ ਰਹਿੰਦੇ ਹਾਂ, ਵੀ ਅਜੇ ਜੇ ਬੱਚੇ ਡਿੱਗ ਪਏ ਤਾਂ ਅਸੀਂ ਕਿੱਥੋਂ ਬਗਾਨੀ ਮੰਨਤ ਦਿਆਂਗੇ। ਅਤੇ ਕਦੇ ਆ ਕੇ ਐਵੇਂ ਨਹੀਂ ਪੁੱਛਿਆ ਗਾ ਵੀ ਤੁਸੀਂ ਕਿਸ ਗੱਲੋਂ ਪਰੇਸ਼ਾਨ ਹੋ। ਮੇਰੇ ਬਾਹਰ ਦੇ ਵਿੱਚ ਹੁਣ 9-10 ਟਰਾਲੀਆਂ ਮੈਂ ਆਪਦੇ ਕੋਲੋਂ ਸਟਵਾਈਆਂ, ਅਤੇ ਰਸਤਾ ਬਣਾਇਆ ਉੱਥੇ ਐਡਾ ਐਡਾ ਗਾਰ ਹੋ ਚੁੱਕਿਆ ਸੀਗਾ, 2 ਵਾਰੀ ਜਾ ਕੇ ਆਈ ਹਾਂ ਅਤੇ 1 ਵਾਰੀ ਸੁਣਾਈ ਕੀਤੀ। ਨਹੀਂ ਤੁਸੀਂ ਜਿਹੜੀਆਂ ਹੁਣ ਚੋਣਾਂ ਆ ਗਈਆਂ, ਦੁਬਾਰਾ ਹੁਣ ਚੋਣਾਂ ਆ ਗਈਆਂ, ਕਿਉਂਕਿ ਜਿਹੜਾ ਵਿਅਕਤੀ ਇੱਥੋਂ ਜਿੱਤਦਾ ਹੈਗਾ ਉਹ ਸਾਰ ਨਹੀਂ ਲੈਂਦਾ ਲੋਕਾਂ ਦੀ, ਪਰ ਹੁਣ ਇੱਕ ਤੁਹਾਡੇ ਕੋਲ ਮੌਕਾ ਹੈ, ਆ ਗਿਆ ਮੌਕਾ ਹੈਗਾ, ਅਸੀਂ ਆਪਦਾ ਐਤਕੀ ਸੋਚ ਸਮਝ ਕੇ ਬੰਦਾ ਚੁਣਾਂਗੇ। ਅੱਗੇ ਇਹ ਅਣ ਬੋਲੇਪਣੇ ਦੇ ਵਿੱਚ ਸਾਰਾ ਕੰਮ ਹੋ ਗਿਆ, ਪਰ ਐਤਕੀ ਇਹੋ ਜਿਹਾ ਕੰਮ ਨਹੀਂ ਕਰਾਂਗੇ ਅਸੀਂ। ਤੁਸੀਂ ਜਿਹੜਾ ਪਹਿਲਾਂ ਤੁਹਾਡਾ ਕੌਂਸਲਰ ਆ ਉਹਦੀ ਕਾਰਜਕਾਰੀ ਤੋਂ ਸੰਤੁਸ਼ਟ ਨਹੀਂ? ਨਹੀਂ ਹੈਗੇ ਆ, ਠੀਕ ਹੈ, ਜਦੋਂ ਆ ਕੇ ਹੀ ਨਹੀਂ ਸਾਡੇ ਕੋਲ ਖੜੇ ਆ, ਤੁਹਾਡੇ ਕੋਲ ਖੜੇ ਹੈਗੇ ਆ, 3 ਸਾਲਾਂ ਬਾਅਦ ਅੱਜ ਮੱਲੇ 'ਚ ਆਏ ਆ, ਕਦੇ ਕਹਿਣ ਇੱਕ ਵਾਰੀ ਵੀ ਮੈਂ ਆ ਕੇ ਇੱਥੇ ਆ ਕੇ ਕਿਸੇ ਦਾ ਦੁੱਖ ਸੁੱਖ ਪੁੱਛਿਆ ਹੈਗਾ। ਇਹ ਬਿਆਸ ਜਾਂਦੇ ਰਾਧਾ ਸੁਆਮੀ ਡੇਰੇ, ਦੇਖੋ ਇਹ ਜੇ ਡੇਰੇ ਦੇ ਵਿੱਚੋਂ ਜਾ ਕੇ ਆ ਬਜ਼ੁਰਗ ਇੱਥੇ ਕਿਤੇ ਡਿੱਗ ਪੈਣ ਤਾਂ ਇਹਨਾਂ ਨੂੰ ਕੌਣ ਚੱਕੇ, ਕੌਣ ਵਾਲੀ ਹੈ? ਇਹ ਰੱਬ ਦਾ ਨਾਂ ਸੁਣਨ ਜਾਂਦੇ 2 ਘੜੀ, ਉਸ ਤੋਂ ਵੀ ਬਹਿ ਜਾਣਗੇ ਮੰਜੇ ਦੇ ਉੱਤੇ। ਹਾਂਜੀ ਕੌਂਸਲਰ ਸਾਹਿਬ, ਤੁਸੀਂ ਸੁਣ ਹੀ ਲਿਆ ਹੈਗਾ, ਅਤੇ ਕਹਿੰਦੇ ਵੀ 3 ਸਾਲਾਂ ਬਾਅਦ ਹੁਣ ਆਏ ਹੈਗੇ ਸਾਡੇ, ਇਹ ਤਾਂ ਫਿਰ ਹੁਣ ਮੈਂ ਤਾਂ ਘੁੰਮਦਾ ਹੀ ਰਹਿੰਦਾ। ਇਹ ਤਾਂ ਜੋ ਪਬਲਿਕ ਤੋਂ ਬੋਲੀ ਹੈ, ਜੋ ਵਿਰੋਧੀ ਹੈਗੀ ਹੈ ਬੋਲਣ ਦੇ, ਇਹਨਾਂ ਤਾਂ ਬੋਲਣ ਦਾ ਹੱਕ ਹੈਗਾ, ਵਿਰੋਧੀਆਂ ਨੂੰ ਕੋਈ ਚੱਕਰ ਨਹੀਂ ਹੈ। ਨਹੀਂ ਇਹਨੂੰ ਵਿਰੋਧੀ ਮੰਨਦੇ ਹੋ ਤੁਸੀਂ? ਮੈਂ ਤਾਂ ਵਿਰੋਧੀ ਮੰਨਦੇ ਹਾਂ, ਜੇ ਮੈਂ ਪਬਲਿਕ 'ਚ ਇੱਥੇ ਹੀ ਰਹਿੰਦਾ। ਨਹੀਂ ਵਿਰੋਧੀ ਕਿਸ ਤਰ੍ਹਾਂ, ਵਿਰੋਧੀ ਕਿਸ ਤਰ੍ਹਾਂ ਹੋ ਗਏ ਆ ਗਈ ਵੀ ਘਰੇ ਸਾਰੇ ਆਪ ਆਪਦੇ ਰਹਿੰਦੇ ਹੈਗੇ, ਨਾ ਤੁਸੀਂ ਘਰੋਂ ਬਾਹਰ ਹੈਗੇ ਹੋ ਤੇ ਨਾ ਮੈਂ ਘਰੋਂ ਬਾਹਰ ਹੈਗੀ ਆ, ਪਰ ਤੁਸੀਂ ਇੱਕ ਵਾਰੀ ਵੀ ਕਹਿ ਦਿਓ ਬਈ ਆ ਕੇ, ਮੈਂ ਵੀ ਮੋਤਵਾਰ ਸੀ ਨਾ, ਮੈਂ ਵੀ ਮੋਤਵਾਰ ਸੀ ਨਾ, ਤੁਸੀਂ ਸਮਝਦੇ ਹੋ ਨਾ, ਇੱਕ ਵਾਰੀ ਵੀ ਆ ਕੇ ਤੁਸੀਂ, ਚਲੋ ਕੋਈ ਵੀ ਕੁਛ ਵੀ ਹੈਗਾ, ਆਪਾਂ ਇਸ ਟਾਈਮ ਤੁਸੀਂ ਸਰਕਾਰਾਂ ਤੇ ਆ ਗਏ ਹੋ, ਪਰ ਵਾਰਡਬਾਜੀ ਤਾਂ ਨਹੀਂ ਦੇਖੀ ਨਾ ਵੀ ਮੇਰੇ ਵਾਰਡ ਦੇ ਵਿੱਚ ਪਬਲਿਕ ਕਿੰਨੀ ਔਖੀ ਹੈ। ਮੈਂ ਉਹੀ ਗੱਲ ਕਰੀ ਜਾਂਦੇ, ਈਓ ਨਾਲ ਐਸਟੀਓ ਨਾਲ ਗੱਲ ਕੀਤੀ, ਮੈਂ ਖੜੇ ਹੋ ਕੇ ਹੋਣੀ ਕੀਤੀ ਗੱਲ, ਨਹੀਂ ਉਹ ਤਾਂ ਲੋਕਾਂ ਦਾ ਇਹੀ ਕਹਿਣਾ 3 ਸਾਲਾਂ ਬਾਅਦ ਅੱਜ ਗੱਲ ਕੀਤੀ। ਨਹੀਂ ਮੈਂ ਤਾਂ ਇੱਧਰ ਚੱਕਰ ਮਾਰਦੇ ਹੀ ਰਹਿੰਦੇ, ਚੱਕਰ ਮਾਰਨ ਨੂੰ ਤਾਂ ਦੇਖੋ ਦੁਨੀਆ ਸੜਕ ਹੈਗੀ ਹੈ, ਦੁਨੀਆ ਆਉਂਦੀ ਜਾਂਦੀ ਹੈ, ਪਰ ਕਦੇ ਕਿਸੇ ਨੂੰ ਦੁੱਖ ਸੁੱਖ ਪੁੱਛਿਆ ਕਿ ਬਈ ਤੁਹਾਨੂੰ ਕੋਈ ਦਿੱਕਤ ਹੈ ਕਿ ਯਾਰ, ਦੁੱਖ ਸੁੱਖ ਪੁੱਛਣ ਵਾਲੀ ਕਿਹੜੀ ਗੱਲ ਹੈਗੀ, ਉਹ ਤੁਹਾਡੇ ਸਾਹਮਣੇ ਹੀ ਹੈਗਾ। ਤੁਸੀਂ ਮੈਨੂੰ ਬੁਲਾਇਆ, ਮੈਂ ਉਸੇ ਟਾਈਮ ਆਏ, ਉਹ ਤੁਹਾਡੇ ਸਾਹਮਣੇ ਉਸੇ ਟਾਈਮ ਆਏ, ਤੁਸੀਂ ਮੈਨੂੰ ਬੁਲਾਇਆ ਆਓ ਇੱਥੇ, ਮੈਂ ਕਿਹਾ ਮੈਂ ਹੁਣੇ ਆ ਰਿਹਾ ਤੁਹਾਡੇ ਕੋਲ,
ਲੋਕਾਂ ਦਾ ਜਿਹੜਾ ਗਿਲਾ ਹੈਗਾ ਲੋਕਾਂ ਦਾ ਗਿਲਾ ਹੈ 3 ਸਾਲਾਂ 'ਚ ਪਹਿਲੀ ਵਾਰੀ ਕੌਂਸਲਰ ਨਹੀਂ ਇਹਨਾਂ ਦਾ ਗਿਲਵਾ ਹੈਗਾ ਚਲੋ ਕੋਈ ਗੱਲ ਹੀ ਨਹੀਂ ਕੰਮ ਸਮਝ ਆਪਾਂ ਹੀ ਕਰਾਉਣਾ ਨਹੀਂ ਉਹ ਸਾਰੀ ਜ਼ਿੰਮੇਵਾਰੀ ਹੈ ਜ਼ਿੰਮੇਵਾਰੀ ਹਾਂਜੀ ਮਗਾ ਕਦੇ ਨਹੀਂ ਆਇਆ ਆ ਬੰਦਾ ਇਹ ਐਮ ਸੀ ਤੁਹਾਡਾ ਹਾਂ ਅਤੇ ਕਦੇ ਵੀ ਗੇੜਾ ਮਾਰਨ ਵੀ ਨਹੀਂ ਆਇਆ ਗਲੀ 'ਚ ਅੱਛਾ ਨਾ ਹੁਣ ਨਰਕ ਦੇ ਵਿੱਚ ਬੈਠੇ ਅਸੀਂ ਸਾਰੇ ਬਸ ਮਾੜੀ ਮਾੜੀ ਗੱਲ ਕੀਤੀ ਇਹੋ ਹਿਸਾਬ ਨਾਲ ਗੱਲ ਕੀਤੀ ਕਹਿੰਦਾ ਮੈਂ ਸਵੇਰੇ ਕਰਾ ਦਿੰਦੇ ਕੰਮ ਇਹ ਮਾੜੀ ਮਾੜੀ ਗੱਲ ਸਾਡੀ ਤਾਂ ਕਮੇਟੀ ਸੁਣਦੀ ਨਹੀਂ ਹੁਣ ਉੱਥੇ ਨਹੀਂ ਤੁਸੀਂ ਕੌਂਸਲਰ ਤੁਸੀਂ ਜਾ ਕੇ ਕੰਮ ਤੁਸੀਂ ਮੈਨੂੰ ਕਹੋ ਸਵੇਰ ਕੇ ਵੋਟਾਂ ਪਾਈਆਂ ਤੁਹਾਨੂੰ ਬਿਲਕੁਲ ਬਿਲਕੁਲ ਸਹੀ ਤੁਹਾਡੀ ਗੱਲ ਜਾਏ ਪਾਣੀ ਜਿਹੜਾ ਆਉਂਦਾ ਇੱਥੇ ਪੀਣ ਵਾਲਾ ਜਮ੍ਹਾਂ ਗੰਦਾ ਆਉਂਦਾ ਇਹਦਾ ਹੀ ਆਪਾਂ ਕਰਾਉਂਦੇ ਹਾਂ ਕਰਦੇ ਮੱਕਾ ਸਾਹਿਬ ਕਿੰਨੇ ਸਾਲ ਹੋ ਗਏ ਜਮ੍ਹਾਂ ਗੰਦਾ ਆਉਂਦਾ ਉਹ ਸਾਡੀ ਤਾਂ ਹੁਣ ਕਿਹਨੇ ਸੁਣਨੀ ਹੈ ਜੇ ਤੁਹਾਨੂੰ ਵੋਟਾਂ ਪਾ ਬਿਲਕੁਲ ਬਿਲਕੁਲ ਸਹੀ ਕੰਮ ਤੁਹਾਡੇ ਆਉਣਾ ਸਹੀ ਜਿਹੜਾ ਪਾਣੀ ਦੀ ਸਮੱਸਿਆ ਹੈ ਇਹ ਅੱਜ ਪਤਾ ਲੱਗੀ ਤੁਹਾਨੂੰ ਨਹੀਂ ਇਹਨਾਂ ਨੇ ਮੈਨੂੰ ਨਹੀਂ ਦੱਸਿਆ ਪਾਣੀ ਜੀ ਤੁਹਾਡੇ ਵਾਰਡ ਦਾ ਤੁਸੀਂ ਕਿਸੇ ਨੇ ਤਾਂ ਦੱਸਿਆ ਨਹੀਂ ਨਾ ਇਹਨਾਂ ਨੇ ਮੈਨੂੰ ਗੱਲ ਨਹੀਂ ਕੀਤੀ ਕਿਸੇ ਨੇ ਵੀ ਪੁੱਛੋ ਨਹੀਂ ਜਿਹਦੇ ਭੱਟੀ ਸਾਹਿਬ ਆਏ ਨਹੀਂ ਇਹਨਾਂ ਨੇ ਗਿਰ ਗਲੀ ਜੀ ਉਹਦੇ ਵੀ ਗੱਲ ਹੋਈ ਹੈ ਇਹ ਕੁੜੀਆਂ ਸਾਰੀਆਂ ਨੇ ਆਖਿਆ ਵੀ ਸਾਡਾ ਪਾਣੀ ਦਾ ਤੇ ਲੈਟ ਦਾ ਮਸਲਾ ਹੱਲ ਕਰੋ ਚਲੋ ਇਹ ਮੈਂ ਕਰ ਦਿੰਦਾ ਜੇ ਸਾਡੀ ਗਲੀ ਦਾ ਹਾਲ ਤਾਂ ਵੇਖੋ ਸਰ ਇੱਥੇ ਨਾ ਲੰਘਣ ਨੂੰ ਥਾਂ ਟੱਪਣ ਨੂੰ ਥਾਂ ਕਿਸੇ ਪਾਸੇ ਵੀ ਮਾੜੇ ਮੋਟੇ ਤਾਂ ਦੇਖਣ ਸੰਭਾਲਣ ਦੇ ਸਹੀ ਐਕਸ ਨੂੰ ਐਮ ਸੀ ਬਣੇ ਆ ਅੱਜ ਐਮ ਸੀ ਤੁਹਾਡੇ ਵਿੱਚ ਆਏ ਹੈ ਪਹਿਲਾਂ ਆਏ ਨੇ ਕਦੇ ਇੱਥੇ ਪਹਿਲਾਂ ਕੀ ਆਏ ਬੁਲਾਉਣ ਦੇ ਤਾਂ ਨਹੀਂ ਆਉਂਦਾ ਕੋਈ ਅਤੇ ਜੇ ਕੋਈ ਊਂ ਕੋਈ ਮਾੜਾ ਮੋਟਾ ਇੱਥੇ ਕੁਛ ਹੋਵੇ ਤਾਂ ਨਹੀਂ ਆਉਂਦੇ ਗੇ ਸੰਭਾਲਦੇ ਹੀ ਹੈ ਨਹੀਂ ਪਹਿਲੀ ਗੱਲ ਤਾਂ ਹੈਗੀ ਵੀ ਤੁਹਾਡਾ ਤੁਹਾਡਾ ਮਗਰ ਹੈ ਇਹਨੂੰ ਵੋਟ ਦਿੱਤੇ ਨੇ ਅੱਗੇ ਵੀ ਵੋਟ ਤਾਂ ਸਾਰੀ ਗਈ ਆਪਣੀ ਬਣੇ ਆ ਨਹੀਂ ਵੋਟਾਂ ਦਿੱਤੀਆਂ ਤਾਂ ਹੀ ਐਮਸੀ ਬਣੇ ਨਾ ਐਮਸੀ ਬਣੇ ਹੈਗੇ ਆ ਤਾਂ ਹੀ ਐਮਸੀ ਬਣੇ ਵੀ ਹੁਣ ਹੁਣ ਗੱਲ ਨਾ ਸੁਣਨ ਤਾਂ ਫਿਰ ਸਾਡਾ ਕੀ ਫਾਇਦਾ ਨਹੀਂ ਨਾ ਸੁਣਨਗੇ ਤਾਂ ਫਿਰ ਕੀ ਕਰਨਗੇ ਫਿਰ ਸਾਨੂੰ ਕੀ ਫਾਇਦਾ ਹੈ ਅਸਾਂ ਤਾਂ ਕੰਮ ਨਾ ਮਤਲਬ ਜੇ ਕੰਮ ਕਰਾਂਗੇ ਤਾਂ ਐਮਸੀ ਇਹ ਬਣ ਹਾਂਜੀ ਸੋਨੀ ਜੀ ਕਾਫੀ ਜਿਹੜੇ ਲੋਕ ਨੇ ਉਹ ਇਸ ਗੱਲ ਤੋਂ ਨਾਰਾਜ਼ ਨੇ ਕਿਉਂਕਿ ਜਿਹੜਾ ਚੁਣਿਆ ਹੋਇਆ ਨੁਮਾਇੰਦਾ ਉਹ ਲੋਕਾਂ ਦੇ ਵਿੱਚ ਨਹੀਂ ਆਇਆ ਜਦਕਿ ਐਮਸੀ ਕਹਿ ਰਿਹਾ ਵੀ ਉਹ ਸਮੇਂ-ਸਮੇਂ ਗੇੜਾ ਮਾਰਦੇ ਰਹੇ ਆ ਤੁਸੀਂ ਦੱਸੋ ਕੀ ਅਸਲੀਅਤ ਹੈ ਅਸੀਂ ਸਰ ਆਹੀ ਕਹਿੰਦੇ ਹਾਂ ਕਿ ਆਉਣ ਵਾਲੀ ਹੁਣ ਤੁਹਾਨੂੰ ਵੀ ਜਿਸ ਤਰ੍ਹਾਂ ਪਤਾ ਕਿ ਆਉਣ ਵਾਲੀ ਨਗਰ ਕੌਂਸਲ ਦੀਆਂ ਚੋਣਾਂ ਹੈ ਜਿਹੜੀ ਪਾਰਟੀ ਦਾ ਜਿਹੜਾ ਨੁਮਾਇੰਦਾ ਸਾਡਾ ਕੰਮ ਕਰੂਗਾ ਉਸੇ ਨੂੰ ਅਸੀਂ ਵੋਟ ਪਾਵਾਂਗੇ ਜਿਹੜੀ ਮਰਜ਼ੀ ਪਾਰਟੀ ਦਾ ਉਹ ਬੰਦਾ ਹੋਵੇ ਭਾਵੇਂ ਮੌਜੂਦਾ ਸਰਕਾਰ ਦਾ ਹੋਵੇ ਭਾਵੇਂ ਐਂਟੀ ਸਰਕਾਰ ਦਾ ਹੋਵੇ ਕੋਈ ਵੀ ਜਿਹੜਾ ਸਾਡੇ ਵਾਰਡ ਦਾ ਕੰਮ ਕਰੂਗਾ ਅਸੀਂ ਉਹਨੂੰ ਵੋਟਾਂ ਪਾਵਾਂਗੇ ਨਹੀਂ ਤਾਂ ਨੰਗੇ ਪੈਰੀ ਵਜਾਵਾਂਗੇ ਜਿਹੜਾ ਮਰਜ਼ੀ ਆ ਜੇ ਵੋਟਾਂ ਮੰਗਣ ਠੀਕ ਹੈ ਅਤੇ ਦੂਜਾ ਨਗਰ ਕੌਂਸਲ ਕੋਲ 127 ਸਫਾਈ ਕਰਮੀ ਹੈ ਪੂਰੇ ਸ਼ਹਿਰ ਦੇ 27 ਵਾਰਡ ਹੈ ਬਾਕੀ ਸਫਾਈ ਕਰਮੀ ਗਏ ਕਿੱਥੇ ਨਗਰ ਕੌਂਸਲ ਕਹਿੰਦੀ ਹੈ ਈਓ ਸਾਹਿਬ ਨੂੰ ਫੋਨ ਕਰ ਲਓ ਕਦੇ ਫੋਨ ਨਹੀਂ ਚੱਕਦੇ ਗਲਤੀ ਨਾਲ ਜੇ ਉਹਨਾਂ ਨੇ ਕਦੇ ਫੋਨ ਚੱਕ ਲਿਆ ਤਾਂ ਕਹਿੰਦੇ ਮੈਂ ਕਰਾ ਦਿੰਦਾ ਉਹ ਦਿਨ ਪਤਾ ਨਹੀਂ ਕਦੋਂ ਆਊਗਾ ਈਵਨ ਕਿ ਬਹੁਤ ਸਾਰੇ ਪੱਤਰਕਾਰਾਂ ਨੇ ਮੈਂ ਇੱਥੋਂ ਫੋਨ ਕੀਤਾ ਉਹ ਕਦੇ ਕਿਸੇ ਦਾ ਕੰਮ ਨਹੀਂ ਕਰਦੇ ਗੇ ਬਸ ਉਹਨਾਂ ਕੋਲ ਆਹੀ ਹੈ ਕਰਾ ਦੂੰਗਾ ਹੋਰ ਉਹਨਾਂ ਕੋਲ ਕੋਈ ਜਵਾਬ ਨਹੀਂ ਹੁੰਦਾ ਕਈ ਈਓ ਦਾ ਚਾਰਜ ਵੀ ਹਾਂਜੀ ਉਹਦਾ ਜਿਹੜਾ ਚਾਰਜ ਹੈਗਾ ਉਹ ਪ੍ਰੋਪਰ ਇੱਥੇ ਹੈ ਨੀਗਾ ਲੇਕਿਨ ਸਰ ਜੇ ਪ੍ਰੋਪਰ ਹੈ ਨੀਗਾ ਕੋਈ ਤਾਂ ਹੋਊਗਾ ਐਡੀਸ਼ਨਲ ਬੰਦਾ ਉਹਨਾਂ ਨੇ ਕੋਈ ਭਾਇਆ ਹੋਣਾ ਜੇ ਈਓ ਹੈ ਨਹੀਂ ਐਮ ਈ ਹੈਗਾ ਐਮ ਈ ਹੈ ਨਹੀਂ ਸੈਂਟਰੀ ਸੁਪਰਵਾਈਜ਼ਰ ਸੈਂਟਰੀ ਇੰਸਪੈਕਟਰ ਹੈਗਾ ਇਸ ਨਗਰ ਕੌਂਸਲ ਦੇ ਵਿੱਚ ਟੋਟਲ 29 ਮੁਲਾਜ਼ਮ ਹੈਗੇ ਆ 29 ਮੁਲਾਜ਼ਮਾਂ ਦੇ ਵਿੱਚ ਕੋਈ ਵੀ ਨਹੀਂ ਆਉਂਦਾ ਗਾ ਉਹਨਾਂ ਨੂੰ ਮਤਲਬ ਕਿ ਸਾਰੀ ਉਹਨਾਂ ਨੂੰ ਸਾਰੀ CID ਵੀ ਹੈਗੀ ਹਰੇਕ ਡਿਪਾਰਟਮੈਂਟ ਉਹਨਾਂ ਨੂੰ ਖਬਰਾਂ ਦਿੰਦਾ ਵੀ ਆਹ ਇੱਥੇ ਹੋ ਰਿਹਾ ਲੇਕਿਨ ਉਹਨਾਂ ਦਾ ਕੋਈ ਇਹਦੇ ਵਿੱਚ ਹੈ ਨਹੀਂ ਗਾ ਇੰਟਰਸਟ ਹੈ ਨਹੀਂ ਗਾ ਪਤਾ ਨਹੀਂ ਆ ਕੀ ਹੈਗਾ ਈਵਨ ਕਿ ਜਦੋਂ ਅਕਾਲੀ ਦਲ ਸਰਕਾਰ ਬਣੀ ਹੈ ਨਗਰ ਕੌਂਸਲ ਦਾ ਇਲੈਕਸ਼ਨ ਹੋ ਗਿਆ ਸਿਰਫ ਇੱਕ ਮਲੋਟ ਦੇ ਵਿੱਚ ਇੱਕ ਟਿਕਟ ਨਿਕਲੀ ਸੀ ਕਾਂਗਰਸ ਪਾਰਟੀ ਦੀ ਉਹ ਵੀ ਵਾਰਡ ਨੰਬਰ 25 'ਚੋਂ ਜੇ ਹੁਣ ਮੌਜੂਦਾ ਸਰਕਾਰ ਹੋਣ ਦੇ ਬਾਵਜੂਦ ਵੀ ਇੱਥੇ ਕੰਮ ਨਹੀਂ ਹੋ ਸਕਦਾ ਤਾਂ ਮੈਨੂੰ ਨਹੀਂ ਲੱਗ ਰਿਹਾ ਕਦੇ ਹੋਰ ਸਰਕਾਰ ਦੇ ਵਿੱਚ ਇੱਥੇ ਕੰਮ ਹੋ ਸਕਦਾ ਸਰ ਲੋਕਾਂ ਦਾ ਕਹਿਣਾ ਵੀ ਜਦੋਂ ਨਗਰ ਕੌਂਸਲ ਦੀਆਂ ਚੋਣਾਂ ਹੋਈਆਂ ਸੀ ਤਾਂ ਲੋਕਾਂ ਨੇ ਕਾਂਗਰਸ ਦੇ ਨੁਮਾਇੰਦੇ ਜਿਹੜੇ ਵਿੱਚ ਖੜੇ ਨੇ ਉਹਨਾਂ 'ਤੇ ਭਰੋਸਾ ਜਿਤਾਇਆ ਸੀ ਅਤੇ ਉਹਨਾਂ ਨੂੰ ਇੱਥੋਂ ਇਸ ਵਾਰਡ ਦੀ ਜਿਹੜੀ ਨੁਮਾਇੰਦਗੀ ਦਿੱਤੀ ਸੀ ਪਰ ਕਾਫੀ ਲੋਕ ਇਹ ਕਹਿ ਰਿਹਾ ਵੀ ਅਸੀਂ ਜਿਹੜਾ ਫੈਸਲਾ ਕੀਤਾ ਸੀ ਉਹਦੇ 'ਤੇ ਉਹ ਖਰੇ ਨਹੀਂ ਉਤਰੇ ਸਾਡੇ ਨਾਲ ਹੋਰ ਵੀ ਲੋਕ ਨੇ ਹਾਂਜੀ ਕੀ ਨਾਂ ਤੁਹਾਡਾ ਗਜੇਂਦਰ ਸਿੰਘ ਕੀ ਸਮੱਸਿਆ ਹੈਗੀ ਆ ਜੀ ਸਮੱਸਿਆ ਤਾਂ ਇਹ ਜੀ ਕਦੇ ਇੱਥੇ ਸੀਵਰ ਨਹੀਂ ਨਿਕਲਦਾ ਕਦੇ ਨਾਲੀਆਂ ਨਹੀਂ ਸਾਫ਼ ਹੁੰਦੀਆਂ ਅਤੇ ਇੱਥੇ ਦਿੱਕਤ ਐਮ ਸੀ ਸਾਹਿਬ ਨੂੰ ਅੱਜ ਪਹਿਲੀ ਵਾਰ ਅਸੀਂ ਦੇਖ ਰਹੇ ਹਾਂ ਇਹਨਾਂ ਨੂੰ 2 ਵਾਰੀ ਅਸੀਂ ਕਹਿ ਕੇ ਵੀ ਆਏ ਕਿ ਮੇਰੇ ਸੀਵਰ ਇਹਨਾਂ ਬੰਦ ਹੋਏ ਪਏ ਇਹਨਾਂ ਤਾਂ ਉਹਨਾਂ ਨੇ ਮਾੜੇ ਨਿਗਾਹ ਮਾਰ ਕੇ ਆਓ ਅਤੇ ਇੱਕ ਦਿਨ ਮੋਟਰਸਾਈਕਲ 'ਤੇ ਆਏ ਆ ਇਹ ਅਤੇ ਇਵੇਂ ਹੀ ਗੇੜਾ ਮਾਰ ਕੇ ਵਾਪਸ ਮੁੜ ਗਏ ਹੈ ਕੋਈ ਮੇਰਾ ਸੀਵਰ ਅੱਜ ਦਿਨ ਤੱਕ ਨਹੀਂ ਨਿਕਲਿਆ ਜੀ ਇੱਥੇ 5 ਸਾਲਾਂ ਦੇ ਵਿੱਚ ਚਲੋ ਸੀਵਰ ਬੰਦ ਪਏ ਸਾਰੇ ਐਮ ਸੀ ਸਾਹਿਬ ਦੇ ਦਰਸ਼ਨ ਤਾਂ ਹੋ ਗਏ ਤੁਹਾਨੂੰ ਹਾਂ ਦਰਸ਼ਨ ਹੋਏ ਸੀ ਜੀ ਜ਼ਰੂਰ ਹੋਏ ਸੀ ਦਰਸ਼ਨ ਹਾਂਜੀ ਅਸੀਂ ਆਪਦੇ ਮੁਹੱਲੇ ਦੀ ਗੱਲ ਕਰਦੇ ਹਾਂ ਜੀ ਸਾਡੇ ਮੁਹੱਲੇ 'ਚ ਕੋਈ ਐਮ ਸੀ ਨਹੀਂ ਆਇਆ ਅੱਜ ਤੱਕ ਜੀ ਇੰਨੇ ਦਿਨ ਹੋ ਗਏ ਅਸੀਂ ਇਹਨਾਂ ਦੇ ਘਰੇ ਵਾਧੂ ਵਾਰੀ ਗਏ ਹਾਂ ਲੇਡੀਜ਼ ਇਕੱਠੇ ਹੋ ਕੇ ਸਾਡਾ ਬਹੁਤ ਬੁਰਾ ਹਾਲ ਹੈ ਜੀ ਇਸ ਮੁਹੱਲੇ ਦਾ ਤੁਸੀਂ ਆਪ ਹੀ ਵੇਖ ਰਹੇ ਹੋ ਇਹ ਨਹੀਂ ਵੀ ਸਾਨੂੰ ਕਹਿਣ ਦੀ ਜ਼ਰੂਰਤ ਨਹੀਂ ਹੈਗੀ ਜੀ ਇਹਨਾਂ ਨੂੰ ਚਾਹੀਦਾ ਸਾਨੂੰ ਵੋਟਾਂ ਦਾ ਕੀ ਮਤਲਬ ਹੈ ਜੀ ਜਦੋਂ ਅਸੀਂ ਇਹਨਾਂ ਨੂੰ
ਇਹ ਵੀ ਆਪਦਾ ਹੀ ਸੀ ਤੁਹਾਡਾ ਜੀ? ਆਪਦਾ ਨਹੀਂ ਹੈਗਾ ਜੀ, ਆਪਦਾ ਹੁੰਦਾ ਤੇ ਸਾਡਾ ਕੰਮ ਨਾ ਕਰਦੇ। ਨਹੀਂ ਵੋਟਾਂ ਤਾਂ ਤੁਸੀਂ ਆਪਦਾ ਕਰਕੇ ਅਸੀਂ ਇਹਨਾਂ ਨੂੰ ਪਾਈਆਂ ਸੀ ਵੀ ਸਾਡਾ ਕੰਮ ਕਰਨਗੇ ਸਾਡੇ ਮੱਲੇ ਦੇ ਹੈ, ਪਰ ਇਹਨਾਂ ਨੇ ਸਾਡਾ ਕੁਛ ਨਹੀਂ ਰੱਖਿਆ ਜੀ, ਇਹਨਾਂ ਨੇ ਕੋਈ ਸੁਣਾਈ ਨਹੀਂ ਸਾਡੀ ਕੀਤੀ। ਲੇਡੀਜ਼ ਬਹੁਤ ਵਾਰੀ ਉਸ ਗਲੀ ਪਿੱਛੇ ਵੀ ਅਸੀਂ ਬਹੁਤ ਵਾਰੀ ਗਏ ਹਾਂ, ਸੀਵਰ ਪਿੱਛੇ ਬਹੁਤ ਵਾਰੀ ਗਏ ਹਾਂ, ਪਰ ਅੱਜ ਤੱਕ ਨਹੀਂ ਆਏ, ਨਾ ਕੋਈ ਸਾਡੀ ਇਹਨਾਂ ਨੇ ਗੱਲ ਸੁਣੀ ਹੈ ਜੀ। ਪਾਣੀ ਜਿਹੜਾ ਪੀਣ ਵਾਲਾ ਉਹ ਕਿਸ ਤਰ੍ਹਾਂ ਦਾ? ਬਹੁਤ ਖਰਾਬ ਆਉਂਦਾ ਜੀ, ਪਹਿਲਾਂ ਘੰਟਾ ਪਾਣੀ ਚੱਲਦਾ ਰਹਿੰਦਾ, ਬਹੁਤ ਖਰਾਬ ਆਉਂਦਾ, ਉਸ ਤੋਂ ਬਾਅਦ ਕੋਈ ਮਾੜਾ ਮੋਟਾ ਸਾਫ਼ ਹੁੰਦਾ, ਪਰ ਪੀਣ ਦੇ ਕਾਬਲ ਹੈ ਨਹੀਂ ਜੀ ਪਾਣੀ। ਵੈਸੇ ਪੰਜਾਬ ਦੇ ਵਿੱਚ ਜਿਹੜੀ ਹੈਗੀ ਆ, ਜਦੋਂ ਚੋਣਾਂ ਦਾ ਮਾਹੌਲ ਹੁੰਦਾ ਤਾਂ ਲੋਕ ਜਿਹੜੇ ਹੈਗੇ ਆ, ਜਿਹੜੇ ਨੁਮਾਇੰਦਗੀ ਜਿਨ੍ਹਾਂ ਨੇ ਕਰਨੀ ਹੁੰਦੀ ਹੈ, ਜਿਹੜੇ ਵੱਖ ਵੱਖ ਪਾਰਟੀਆਂ ਦੀ ਟਿਕਟ ਪ੍ਰਾਪਤ ਕਰਕੇ ਲੋਕਾਂ ਦੇ ਵਿੱਚ ਜਾਂਦੇ ਆ, ਅਤੇ ਉਹ ਲੋਕਾਂ ਨਾਲ ਇਹੀ ਵਾਅਦਾ ਕਰਦੇ ਆ ਵੀ ਤੁਹਾਡੇ ਲਈ ਪੀਣ ਵਾਲਾ ਪਾਣੀ, ਸੀਵਰੇਜ ਦੀ ਸਮੱਸਿਆ, ਸੜਕਾਂ ਗਲੀਆਂ ਨਾਲੀਆਂ, ਇਸ ਤਰ੍ਹਾਂ ਦੀ ਕੋਈ ਸਮੱਸਿਆ ਨਹੀਂ ਰਹਿਣ ਦਿੱਤੀ ਜਾਵੇਗੀ। ਪਰ 3 ਸਾਲ ਦਾ ਸਮਾਂ ਬੀਤ ਜਾਣ ਦੇ ਬਾਵਜੂਦ ਵੀ ਇਸ ਹਲਕੇ ਦਾ, ਇਸ ਏਰੀਏ ਦੇ ਵਿੱਚ ਵਾਰਡ ਨੰਬਰ 25 ਦੀ ਅਸੀਂ ਸਮੇਂ ਸਮੇਂ ਤੁਹਾਨੂੰ ਸ਼ਹਿਰ ਦੇ ਸਾਰੇ ਵਾਰਡਾਂ ਦੀ ਜਿਹੜੀ ਆ ਉਹ ਰਿਪੋਰਟ ਪੇਸ਼ ਕਰਾਂਗੇ, ਪਰ ਇਸ ਟਾਈਮ ਜਿਹੜੇ ਅਸੀਂ 25 ਨੰਬਰ ਵਾਰਡ 'ਚ ਖੜ੍ਹੇ ਹਾਂ, ਸਾਡੇ ਕੋਲ ਮੌਜੂਦਾ ਕੌਂਸਲਰ ਨੇ ਜਿਹੜੇ, ਉਹਨਾਂ ਦੇ ਜਿਹੜੇ ਹਸਬੈਂਡ ਨੇ ਜਤਿੰਦਰ ਸ਼ਾਸਤਰੀ ਜੀ, ਜਿਹੜੇ ਇੱਥੋਂ ਦਾ ਜਿਹੜਾ ਕੰਮਕਾਰ ਉਹਨਾਂ ਦੀ ਯਾਨੀ ਕਿ ਦੇਖਦੇ ਨੇ ਉਹਨਾਂ ਦੇ ਬਿਹਾਵ 'ਤੇ, ਉਹ ਵੀ ਖੜ੍ਹੇ ਨੇ। ਲੋਕਾਂ 'ਚ ਕਾਫੀ ਰੋਸ ਹੈਗਾ ਕਿਉਂਕਿ ਸਰਕਾਰ ਜਿਹੜੀ ਹੈ ਪਿਛਲੇ 3 ਸਾਲਾਂ ਦੇ ਵਿੱਚ ਕਾਂਗਰਸ ਦੀ ਸਰਕਾਰ ਬਣੀ ਹੈ, ਪਰ ਲੋਕਾਂ ਨੂੰ ਉਹਨਾਂ ਨੇ ਜਿਹੜੀਆਂ ਬੁਨਿਆਦੀ ਸਹੂਲਤਾਂ, ਖਾਸ ਕਰ 25 ਨੰਬਰ ਵਾਰਡ 'ਚ, ਅਸੀਂ ਤੁਹਾਨੂੰ ਪਹਿਲਾਂ ਹੀ ਦੱਸ ਚੁੱਕੇ ਹਾਂ, ਪੂਰੇ ਸ਼ਹਿਰ ਦੇ ਹਰੇਕ ਵਾਰਡ ਦੀ ਜਿਹੜੀ ਅਸੀਂ ਤੁਹਾਨੂੰ ਰਿਪੋਰਟ ਦਿਖਾਵਾਂਗੇ, ਪਰ 25 ਨੰਬਰ ਵਾਰਡ ਦੇ ਜਿਹੜੇ ਲੋਕ ਨੇ ਉਹ ਇੱਥੋਂ ਦੇ ਕੌਂਸਲਰ ਜਿਹੜੇ ਹੈਗੇ ਆ ਕਾਂਗਰਸ ਪਾਰਟੀ ਦੇ, ਉਸਦੀ ਕਾਰਜਕਾਰੀ ਤੋਂ ਸੰਤੁਸ਼ਟ ਨਜ਼ਰ ਨਹੀਂ ਆ ਰਹੇ। ਇਹ ਤੁਹਾਨੂੰ ਇਹੀ ਦਿਖਾਉਣੇ ਤਸਵੀਰਾਂ, ਇੱਕ ਬੱਚਾ ਜਿਹੜਾ ਉਹ ਦੇਖ ਸਕਦੇ ਹੋ ਕਿਸ ਤਰ੍ਹਾਂ ਦੀ ਗੰਦਗੀ ਦੇ ਵਿੱਚ ਉਹ ਬੱਚਾ ਸਕੂਲ ਤੋਂ ਆਇਆ ਵਾਪਸ ਆਪਣੇ ਘਰ ਆਇਆ ਹੈਗਾ, ਅਤੇ ਉਹ ਕਿਸ ਤਰ੍ਹਾਂ ਦੇ ਹਾਲਾਤਾਂ ਦੇ ਵਿੱਚੋਂ ਲੰਘ ਰਿਹਾ ਹੈਗਾ। ਤੁਸੀਂ ਮਾਂ ਪਿਓ ਸਵੇਰੇ ਬੱਚਿਆਂ ਨੂੰ ਤਿਆਰ ਕਰਕੇ ਭੇਜਦਾ ਹੈਗਾ, ਬੜੀ ਚਾਅ ਨਾਲ ਉਹਨੂੰ ਸਕੂਲ ਭੇਜਿਆ ਜਾਂਦਾ ਹੈਗਾ, ਪਰ ਮਾਂ ਬਾਪ ਦੀ ਇੱਕ ਜ਼ਿੰਮੇਵਾਰੀ ਇਹ ਬਣਦੀ ਹੈਗੀ ਆ ਵੀ ਅਸੀਂ ਜਿਹੜਾ ਬੱਚੇ ਨੂੰ ਆਪ ਸਕੂਲ ਛੱਡ ਕੇ ਆਈਏ, ਕਿਉਂਕਿ ਗਲੀਆਂ ਦੇ ਜਿਹੜੇ ਹਾਲਾਤ ਨੇ ਤੁਸੀਂ ਦੇਖ ਸਕਦੇ ਹੋ ਕਿਸ ਤਰ੍ਹਾਂ ਦੇ ਹਾਲਾਤ ਨੇ, ਅਸੀਂ ਵਾਰ ਵਾਰ ਤੁਹਾਨੂੰ ਉਹ ਤਸਵੀਰਾਂ ਦਿਖਾ ਰਹੇ ਹੈਗੇ ਹਾਂ। ਇਹ ਯਾਨੀ ਕਿ ਸੀਵਰੇਜ ਦਾ ਜਿਹੜਾ ਸਿਸਟਮ ਹੈ ਕਿਸ ਤਰ੍ਹਾਂ ਦਾ, ਆ ਗਲੀ ਦੇ ਵਿਚਾਲੇ ਜਿਹੜਾ ਇਹ ਮਲਬਾ ਸੀਵਰੇਜ ਦਾ ਪਾਣੀ ਵੀ ਖੜ੍ਹਾ, ਅਤੇ ਗੰਦਗੀ ਵੀ ਜਿਹੜੀ ਸੁੱਟੀ ਹੋਈ ਹੈ, ਪਾਣੀ ਲੰਘਣ ਨੂੰ ਜਗ੍ਹਾ ਨਹੀਂ ਹੈਗੀ ਜਿੱਥੇ ਇਹ ਪਾਣੀ ਜਾ ਰਿਹਾ ਹੈਗਾ। ਪ੍ਰੋਪਰ ਨਗਰ ਕੌਂਸਲ ਵੱਲੋਂ ਕੋਈ ਪ੍ਰਬੰਧ ਨਹੀਂ ਨਿਕਾਸੀ ਦਾ ਵੀ ਇਹ ਪਾਣੀ ਨੇ ਕਿੱਥੇ ਜਾਣਾ, ਪਰ ਇਹ ਜਿਹੜਾ ਪਾਣੀ ਇੱਕ ਨਿੱਜੀ ਜਿਹੜਾ ਕਿਸਾਨ ਹੈ, ਕਿਸਾਨਾਂ ਦੀ ਹਾਲਤ ਵੀ ਸਰਕਾਰ ਜਾਣਦੀ ਹੈ ਕਿਸ ਤਰ੍ਹਾਂ ਦੇ ਹਾਲਾਤ ਨੇ ਕਿਸਾਨਾਂ ਦੇ, ਠੇਕੇ 'ਤੇ ਜ਼ਮੀਨ ਲੈ ਕੇ ਜਿਹੜਾ ਕਿਸਾਨ ਵਾਹੀ ਕਰਦਾ ਹੈਗਾ, ਇਹ ਉਹਦੀ ਜ਼ਮੀਨ ਦੇ ਵਿੱਚ ਜਿਹੜਾ ਇਹ ਪਾਣੀ ਸਾਰਾ ਇਹ ਇਕੱਠਾ ਹੁੰਦਾ, ਜਿਹਦੇ ਕਰਕੇ ਉਹਦਾ ਆਰਥਿਕ ਨੁਕਸਾਨ ਵੀ ਹੁੰਦਾ ਹੈਗਾ। ਤੁਸੀਂ ਅਸੀਂ ਜਿਹੜੀ ਤੁਹਾਡੀ ਗੱਲਬਾਤ ਜਿਹੜੀ ਆ ਲੋਕਾਂ ਨਾਲ ਕਰਾਈ ਹੈ, ਲੋਕਾਂ ਦਾ ਕਹਿਣਾ ਹੈ ਵੀ ਜਿਹੜੀ ਕਾਰਜਕਾਰੀ ਪਿਛਲੀ ਕਾਰਜਕਾਰੀ ਹੈਗੀ ਆ ਸਰਕਾਰ ਦੀ, ਜਾਂ ਇੱਥੋਂ ਦੇ ਜਿਹੜੇ ਨੁਮਾਇੰਦਗੀ ਕਰਦੇ ਨੇ ਲੋਕ, ਉਹਨਾਂ ਤੋਂ ਉਹ ਸੰਤੁਸ਼ਟ ਨਹੀਂ ਹੈਗੇ, ਭਾਵਾਂ ਕਿ ਆਉਣ ਵਾਲਾ ਸਮਾਂ ਫਿਰ ਨਗਰ ਕੌਂਸਲ ਦੀਆਂ ਚੋਣਾਂ ਆਉਣੀਆਂ ਹੈਗੀਆਂ, ਇਹਨਾਂ ਲੋਕਾਂ ਨੇ, ਇਹ ਲੀਡਰਾਂ ਨੇ ਲੋਕਾਂ ਦੇ ਘਰਾਂ ਦੇ ਬੂਹੇ ਖੜਕਾ ਕੇ ਵੋਟਾਂ ਮੰਗਣੀਆਂ ਹੈਗੀਆਂ, ਪਰ ਵੋਟ ਜਿਹੜੀ ਹੈ ਲੋਕਾਂ ਦਾ ਇਹ ਕਹਿਣਾ ਵੀ ਅਸੀਂ ਜਿਹੜੀ ਕਾਰਜਕਾਰੀ ਨੂੰ ਦੇਖ ਕੇ ਵੋਟ ਪਾਵਾਂਗੇ। ਕਾਰਜਕਾਰੀ ਨਜ਼ਰ ਆ ਰਹੀ ਹੈਗੀ ਹੈ ਕਿਸ ਤਰ੍ਹਾਂ ਦੇ ਹਾਲਾਤ ਬਣੇ ਹੋਏ ਨੇ। ਕੈਮਰਾਮੈਨ ਅਮਨਦੀਪ ਸਿੰਘ ਦੇ ਨਾਲ ਹਰਦੀਪ ਸਿੰਘ, ਖਾਲਸਾ ਪ੍ਰਾਈਮ ਪੰਜਾਬ ਨਿਊਜ਼, ਮਲੋਟ।